ਗਾਵੇ ਗੁਣ ਸੇਸ ਸਹਿਸ ਜਿਹਵਾ ਰਸ ਆਦ ਅੰਤ ਲਿਵ ਲਾਗ ਤੁਨਾ ਗਾਵੇ ਗੁਣ ਮਹਾਂ ਦਿਉ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਵ ਕਲ ਸਜਸ ਗਾਵ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸੁਖੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਸਾਸ ਸਾਸ ਸਿਮਰੰਤ ਨਾਨਕ ਮਹਾ ਆਗਨ ਬਿਨਾਸਨ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਸਾਸ ਸਾਸ ਸਿਮਰੰਤ ਨਾਨਕ ਮਹਾ ਆਗਨ ਨਾ ਬਿਨਾਸਨ ਮੁਖ ਤਲੈ ਪੈਰ ਉਪਰੀ ਵਸੰਦੋ ਕੋਹ ਥੜਾ ਥਾਈ ਨਾਨਕ ਸੋ ਧਨੀ ਕਿਉ ਵਿਸਾਰਿਓ ਉਦਰ ਹੈ ਜਿਸਦਾ ਨਾਈ ਪੌੜੀ ਰਕਤ ਬਿੰਦ ਕਰ ਨਿਮਿਆ ਆਗਨ ਉਦਰ ਮਝਾਰ ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ ਹਰ ਸਿਮਰਤ ਤੂੰ ਨਾ ਜਲਹਾ ਮਨ ਤਨ ਉਰ ਧਾਰ ਬੇਖਮ ਥਨ ਹੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਵਿਸਰਤ ਸੁਖ ਕਦੇ ਨਾਹੀ ਜਸ ਹੈ ਜਨਮ ਹਾਰ ਬੇਖਮ ਥਨ ਹੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਾਹੀ
ਜਸਹ ਜਨਮ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਾਧ ਸੰਗਤ ਜੀ। ਗੁਰੂ ਘਰ ਇਹੋ ਜੀ ਇੱਕ ਮਹਾਨ ਸੰਸਥਾ ਹੈ ਜਿੱਥੇ ਕਿਸੇ ਵੀ ਮਤ ਦਾ, ਕਿਸੇ ਵੀ ਸ਼੍ਰੇਣੀ ਨਾਲ ਸੰਬੰਧਿਤ ਜੋ ਵੀ ਪ੍ਰਾਣੀ ਮਾਤਰ ਆਇਆ, ਸਤਿਗੁਰੂ ਪਾਤਸ਼ਾਹ ਨੇ ਆਪਣੀ ਰਹਿਮਤ ਨਾਲ ਨਵਾਜਿਆ। ਆਪਾਂ ਜੋ ਪਾਵਨ ਪਵਿੱਤਰ ਫਰਮਾਨ ਸਰਵਣ ਕੀਤਾ ਹੈ, ਮੱਧ ਪ੍ਰਦੇਸ਼ ਦੇ ਇਲਾਕੇ ਦਾ ਇੱਕ ਵਿਦਵਾਨ ਪੰਡਿਤ ਜਿਹਦਾ ਨਾਮ ਵਿਜੇ ਰਾਮ ਕਰਕੇ ਲਿਖਿਆ ਹੈ, ਉਹਨੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕੀਤੇ, ਮਨ ਤਨ ਵਿਗਾਸ ਵਿੱਚ ਆਇਆ, ਬੇਨਤੀ ਕੀਤੀ, ਪਾਤਸ਼ਾਹ ਮੇਰੇ ਮਨ ਵਿੱਚ ਕੋਈ ਸ਼ੰਕੇ ਨੇ, ਆਪ ਕਿਰਪਾ ਕਰਕੇ ਉਹਨਾਂ ਸ਼ੰਕਿਆਂ ਦੀ ਨਿਵਿਰਤੀ ਕਰੋ। ਜਦੋਂ ਉਸ ਪੰਡਿਤ ਨੇ ਬੇਨਤੀ ਕੀਤੀ ਅਤੇ ਨਾਲ ਹੀ ਆਪਣਾ ਪੱਖ ਬਿਆਨ ਕਰਦਿਆਂ ਬੇਨਤੀ ਕੀਤੀ, ਪਾਤਸ਼ਾਹ ਮੈਂ ਹਿੰਦੂ ਧਰਮ ਨਾਲ ਸੰਬੰਧਿਤ ਹਾਂ ਅਤੇ ਸਾਡੇ ਮਤ ਵਿੱਚ ਜਦੋਂ ਕੋਈ ਪ੍ਰਾਣੀ ਸਰੀਰ ਛੱਡ ਜਾਏ ਉਹਦੇ ਨਿਮਿੱਤ ਗਰੜ ਪ੍ਰਾਣ ਦੀ ਕਥਾ ਹੁੰਦੀ ਹੈ। ਭਾਵੇਂ ਕਥਾ ਤਾਂ ਇੱਕ ਪ੍ਰਾਣ ਦੀ ਹੁੰਦੀ ਹੈ ਨਾ, ਪਰ ਉਹਦੇ ਤਰੀਕੇ ਵੱਖ ਵੱਖ ਹਨ। ਜੇ ਕੋਈ ਬ੍ਰਾਹਮਣ ਚੜ੍ਹਾਈ ਕਰ ਜਾਏ 12 ਦਿਨਾਂ ਵਿੱਚ ਉਸ ਕਥਾ ਨੂੰ ਸੰਪੂਰਨ ਕੀਤਾ ਜਾਂਦਾ ਹੈ। ਇਸੇ ਪ੍ਰਕਾਰ ਜੇ ਖੱਤਰੀ ਚੜ੍ਹਾਈ ਕਰ ਜਾਏ ਤੇ 13 ਦਿਨਾਂ ਦੇ ਵਿੱਚ, ਜੇ ਕੋਈ ਵੈਸ਼ ਸਰੀਰ ਤਿਆਗ ਜਾਏ ਉਹ ਗਰੜ ਪ੍ਰਾਣ ਦੀ ਕਥਾ 17 ਦਿਨਾਂ ਵਿੱਚ ਸੰਪੂਰਨ ਹੁੰਦੀ ਹੈ, ਅਤੇ ਜੇ ਕੋਈ ਸ਼ੂਦਰ ਸਰੀਰ ਛੱਡ ਜਾਏ ਉਹਦੀ ਕਥਾ ਅਸੀਂ 40 ਦਿਨ ਕਰਦੇ ਹਾਂ, ਤਾਂ ਕਿ ਜਿਹੜੀ ਜੀਵ ਆਤਮਾ ਹੈ ਉਹ ਨਰਕ ਕੁੰਡ ਤੋਂ ਬਚ ਸਕੇ। ਆਪ ਕਿਰਪਾ ਕਰਕੇ ਰਹਿਮਤ ਕਰੋ, ਦੱਸੋ ਸਿੱਖ ਮਤ ਵਿੱਚ ਇਹੋ ਜਿਹਾ ਵਿਧਾਨ ਹੈ, ਤਾਂ ਉਹਦੇ ਸਵਾਲ ਕਰਨ 'ਤੇ ਸਤਿਗੁਰੂ ਪਾਤਸ਼ਾਹ ਨੇ ਇਹ ਜੈਤਸਰੀ ਦੀ ਵਾਰ ਜਿਹੜੀ ਇਹ ਪਾਵਨ ਬਾਣੀ ਹੈ, ਜਦੋਂ ਅਖੰਡ ਪਾਠ ਚੱਲਦਾ, ਸਹਿਜ ਪਾਠ ਚੱਲਦਾ ਅਤੇ ਗੁਰੂ ਕੇ ਸਿੱਖ ਮਤ ਦੀ ਅਰਦਾਸ ਕਰਦੇ ਹਨ। ਇੱਥੇ ਸੁਣਨ ਵਿੱਚ ਆਇਆ ਵੀ ਕਈ ਲੋਕ ਇਸ ਗੱਲ ਦੀ ਤਰਕ ਕਰਦੇ ਨੇ, ਭਾਈ ਸਾਹਿਬ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ 1430 ਅੰਗ ਹਨ ਔਰ ਇਹ ਜਿਹੜੀ ਜੈਸਰੀ ਦੀ ਵਾਰ ਹੈ ਇਹ 705 ਅੰਗ ਉੱਪਰ ਹੈ ਅਤੇ ਤੁਸੀਂ ਵੱਧ ਕਿਵੇਂ ਕਹਿੰਦੇ ਹੋ? ਇਹਦਾ ਜਵਾਬ ਦਮਦਮੀ ਟਕਸਾਲ ਵਿੱਚ ਸੰਤ ਗਿਆਨੀ ਗਬਰਨ ਸਿੰਘ ਖਾਲਸਾ ਦੇ ਇੱਕ ਵਿਦਿਆਰਥੀ ਹੋਏ ਨੇ, ਗਿਆਨੀ ਨਾਹਰ ਸਿੰਘ। ਉਹਨਾਂ ਨੇ ਮਨ ਟਕਾ ਕਰਕੇ ਇਹਨਾਂ ਸਾਰੇ ਸ਼ਬਦਾਂ ਦੀ ਗਿਣਤੀ ਕੀਤੀ ਔਰ ਰਾਗ ਮਾਲਾ ਨੂੰ ਇੱਕ ਸ਼ਬਦ ਮੰਨਦਿਆਂ ਹੋਇਆਂ ਇਸ ਥਾਂ 'ਤੇ ਉਹਨਾਂ ਆਖਿਆ ਵੀ ਇਹ ਮੱਧ ਬਣਦਾ ਹੈ। ਤੋ ਜਿਹੜੇ ਗੁਰੂ ਕੇ ਲਾਲ ਗੁਰਸਿੱਖ ਨੇ, ਕਿਉਂਕਿ ਜਦੋਂ ਕਿਸੇ ਦੇ ਘਰ ਕੋਈ ਚੜ੍ਹਾਈ ਕਰਜਾ ਹੈ
ਮਨ ਵਿੱਚ ਵਿਰਾਗ ਲਾਜ਼ਮੀ ਆਉਂਦਾ। ਇਹ ਵੱਖਰੀ ਗੱਲ ਹੈ ਵੀ ਕਿਸੇ ਪ੍ਰਾਣੀ ਦੇ ਚੜ੍ਹਾਈ ਕਰਨ 'ਤੇ ਵਿਰਾਗ ਬਹੁਤ ਆਵੇ, ਕਿਸੇ ਦੇ ਚੜ੍ਹਾਈ ਕਰਨ 'ਤੇ ਵਿਰਾਗ ਘੱਟ ਆਵੇ। ਪਰ ਆਪਾਂ ਆਮ ਜੀਵਨ ਵਿੱਚ ਵੇਖਦੇ ਹਾਂ ਜਦੋਂ ਟਾਹਣੀ ਨਾਲ ਉਹ ਫੁੱਲ ਟੁੱਟੇ ਤਾਂ ਪਾਣੀ ਵਗਦਾ ਹੀ ਵਗਦਾ। ਇਹ ਵੱਖਰੀ ਗੱਲ ਹੈ ਵੀ ਕਿਸੇ ਦੀ ਮੌਤ ਹੋਵੇ ਤੇ ਆਪਾਂ ਉਹਨੂੰ ਗਲੀਲਾ ਦੇਣੇ, ਹੌਸਲਾ ਦੇਣੇ ਵੀ ਭਾਈ ਸਾਹਿਬ ਆਹ ਕਰੋ। ਪਰ ਜਿੱਦਣ ਆਪਣੇ ਨਾਲ ਵਾਪਰਦੀ ਹੈ ਨਾ, ਉਦੋਂ ਸਾਡਾ ਗਿਆਨ ਫੇਲ ਹੋ ਜਾਂਦਾ। ਇਸ ਕਰਕੇ ਗੁਰਮਤਿ ਮਰਿਆਦਾ ਦੇ ਮੁਤਾਬਕ ਜਦੋਂ ਕਿਸੇ ਘਰ ਵਿੱਚ ਕੋਈ ਪ੍ਰਾਣੀ ਚੜ੍ਹਾਈ ਕਰ ਜਾਏ ਮਾਈ ਭਾਈ, ਉਦੋਂ ਇਸ ਵਾਰ ਦੀਆਂ ਦੋ ਪੌੜੀਆਂ ਤੇ ਦੋ ਸ਼ਲੋਕਾਂ ਦੀ ਕਥਾ ਕਰਦੇ ਹਨ ਤਾਂ ਕਿ ਪਰਿਵਾਰਕ ਮੈਂਬਰ ਇਸ ਗੁਰਬਾਣੀ ਦੀ ਵਿਚਾਰ ਦੇ ਨਾਲ ਆਪਣੇ ਮਨ ਨੂੰ ਹੌਸਲਾ ਦੇ ਸਕਣ, ਧਾਰਸ ਦੇ ਸਕਣ। ਤਾਂ ਉਸ ਵਿਦਵਾਨ ਵਿਜੇ ਰਾਮ ਪੰਡਿਤ ਨੇ ਸਤਿਗੁਰੂ ਪਾਤਸ਼ਾਹ ਨੂੰ 20 ਸਵਾਲ ਕੀਤੇ ਹਨ ਔਰ ਉਹਨਾਂ 20 ਸਵਾਲਾਂ ਦਾ ਉੱਤਰ ਗੁਰੂ ਪੰਚਮ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਬਾਣੀ ਵਿੱਚ ਦਿੱਤਾ ਹੈ। ਜਿਹੜੇ ਸ਼ਲੋਕ ਨੇ ਉਹ ਸਹਿਜ ਕ੍ਰਿਤੀ ਪੱਖ ਦੇ ਹਨ, ਜਿਹੜੀ ਪੌੜੀ ਹੈ ਉਹ ਉਸ ਵਿਚਾਰ ਦੀ ਵਿਆਖਿਆ ਹੈ ਤੇ ਜਿਹੜਾ ਅੱਜ ਆਪਾਂ ਫਰਮਾਨ ਸਰਵਣ ਕੀਤਾ, ਆਪਾਂ ਨੂੰ ਕੋਈ ਪੁੱਛਲੇ ਵੀ ਗਿਆਨੀ ਜੀ ਜਾਂ ਭਾਈ ਸਾਹਿਬ ਇਹਦੇ ਵਿੱਚ ਸਤਿਗੁਰੂ ਪਾਤਸ਼ਾਹ ਸਾਨੂੰ ਕੀ ਕਹਿਣਾ ਚਾਹੁੰਦੇ ਨੇ ਤੇ ਗੁਰਮੁਖੋ ਜੋ ਗੁਰੂ ਨੇ ਜਣਾਇਆ ਉਹਦੇ ਮੁਤਾਬਕ ਬੇਨਤੀ ਕਰਾਂ। ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਾਨੂੰ ਅਕਿਰਤ ਘਣਤਾ ਦੇ ਦੋਸ਼ ਤੋਂ ਬਚਣ ਦਾ ਹੁਕਮ ਕੀਤਾ ਹੈ। ਆਪਾਂ ਪੁੱਛਾਂਗੇ ਵੀ ਭਾਈ ਸਾਹਿਬ ਅਕਿਰਤ ਘਣਤਾ ਦਾ ਦੋਸ਼ ਕੀ ਹੈ? ਜਦੋਂ ਅਸੀਂ ਧਰਮ ਗ੍ਰੰਥਾਂ ਦੇ ਵਿੱਚੋਂ ਪਾਪਾਂ ਗੁਨਾਹਾਂ ਦਾ ਵੇਰਵਾ ਪੜ੍ਹਦੇ ਹਾਂ, ਉਹਨਾਂ ਸਾਰੇ ਪਾਪਾਂ ਦੇ ਵਿੱਚੋਂ ਸਭ ਤੋਂ ਵੱਡਾ ਪਾਪ ਅਕਿਰਤ ਘਣਤਾ ਨੂੰ ਮੰਨਿਆ। ਅਕਿਰਤ ਘਣਤਾ ਤੋਂ ਭਾਵ ਜੇ ਸਾਡੇ ਨਾਲ ਕਿਸੇ ਨੇ ਨੇਕੀ ਕੀਤੀ ਤੇ ਆਪਾਂ ਉਹਦਾ ਧੰਨਵਾਦ ਕੀ ਕਰਨਾ, ਆਪਾਂ ਸਗੋਂ ਉਲਟਾ ਉਹਦੇ ਤੇ ਐਲੀਗੇਸ਼ਨ ਲਾਉਂਦੇ ਹਾਂ। ਇਉਂ ਆਮ ਭਾਸ਼ਾ 'ਚ ਆਪਾਂ ਇਉਂ ਵੀ ਕਹਿ ਸਕਦੇ ਹਾਂ ਅਕਿਰਤ ਘਣਤਾ ਦਾ ਭਾਵ ਆਸਾਨ ਫਰਾਮੋਸ਼। ਕਿਸੇ ਦੇ ਆਸਾਨ ਨੂੰ, ਕਿਸੇ ਦੀ ਨੇਕੀ ਨੂੰ ਭੁਲਾ ਦੇਣਾ ਸਾਡੇ ਧਰਮ ਗ੍ਰੰਥਾਂ 'ਚ ਇਹਨੂੰ ਸਭ ਤੋਂ ਵੱਡਾ ਗੁਨਾਹ ਮੰਨਿਆ ਤੇ ਇਹਨੂੰ ਕਹਿੰਦੇ ਨੇ ਅਕਿਰਤ ਘਣਤਾ ਦਾ ਦੋਸ਼। ਤੋ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਹੋ ਪਿਆਰਿਆ, ਉਸ ਵਾਹਿਗੁਰੂ ਦੀ ਆਪਣੇ ਤੇ ਕਿਰਪਾ ਵੇਖ, ਉਹਨੇ ਤੇਰੇ ਨਾਲ ਕਿੰਨੀ ਨੇਕੀ ਕੀਤੀ, ਪਰ ਪਤਾ ਨਹੀਂ ਕੀ ਕਾਰਨ ਹੈ ਤੂੰ ਸੰਸਾਰ ਵਿੱਚ ਆਇਓ ਤੇ ਪਰਮਾਤਮਾ ਦੀ ਨੇਕੀ ਨੂੰ ਭੁੱਲ ਬੈਠੋ। ਔਰ ਉਹ ਨੇਕੀ ਕੀ ਹੈ ਉਹਦੇ ਸੰਬੰਧ ਵਿੱਚ ਸਤਿਗੁਰੂ ਪਾਤਸ਼ਾਹ ਵਾਲੇ ਸਾਨੂੰ ਸਮਝਾਉਂਦੇ ਨੇ ਤੇ ਥੋੜ੍ਹਾ ਜਿਹਾ ਅਕਿਰਤ ਘਣਤਾ ਦੇ ਬਾਰੇ ਮੈਂ ਵਿਚਾਰਾਂ ਦੀ ਸਾਂਝ ਕਰਾਂ। ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਦਾ ਮੁਤਾਲਿਆ ਕਰੀਏ, ਉਹਨਾਂ ਸਮੁੱਚੀ ਵਾਰ ਦੇ ਵਿੱਚ ਅਕਿਰਤ ਘਣਤਾ ਦਾ ਜ਼ਿਕਰ ਕੀਤਾ। ਇੱਕ ਦੋ ਤਿੰਨ ਪੌੜੀਆਂ ਨੇ,
ਸਾਰੀਆਂ ਪੌੜੀਆਂ ਵਿੱਚ ਉਹਨਾਂ ਨੇ ਉਸ ਵਾਰ ਵਿੱਚ ਅਕਿਰਤ ਘਣਤਾ ਦਾ ਜ਼ਿਕਰ ਕੀਤਾ ਹੈ। ਔਰ ਇੱਕ ਪੌੜੀ ਅਜਿਹੀ ਹੈ ਜਿਹਦੇ ਚ ਉਹਨਾਂ ਨੇ ਸਾਰੀਆਂ ਢਿੱਲੀਆਂ ਚੀਜ਼ਾਂ ਦਾ ਜ਼ਿਕਰ ਕਰਕੇ ਆਖਿਆ ਵੀ ਗੁਰਮੁਖਾ ਕਿਰਤ ਘਣਤਾ, ਤੂੰ ਇਉਂ ਕਹਿ ਸਕਦਾ ਵੀ ਸਾਰੇ ਗੁਨਾਹਾਂ ਦਾ ਮੂਲ ਪਲੰਦਾ, ਸਾਰੇ ਗੁਨਾਹਾਂ ਦਾ ਇੱਕ ਆਧਾਰ ਹੈ। ਔਰ ਭਾਈ ਸਾਹਿਬ ਨੇ ਉੱਥੇ ਇੱਕ ਪੌੜੀ ਲਿਖੀ ਹੈ, ਉਹ ਕਹਿੰਦੇ ਮਦ ਵਿੱਚ ਰਿਧਾ ਪਾਏ ਕੇ ਕੁੱਤੇ ਕਾ ਬਾਸ, ਸਮਝਾਉਣ ਲਈ ਟੱਕ ਲੈ ਚੱਲੀ ਚੂੜੀ, ਕਰ ਭੋਗ ਬਲਾਸ, ਰੱਤੂ ਭਰਿਆ ਕੱਪੜਾ ਕਰ ਟੱਕਣ ਤਾਸ, ਆਗ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ, ਨਦਰ ਭਵੇ ਅਕਿਰਤ ਕਣਮਾ ਧੋਏ ਬਣਾਸ। ਇਹਨੂੰ ਮੈਂ ਸੂਖਮ ਰੂਪ ਵਿੱਚ ਬੇਨਤੀ ਕਰਾਂ। ਭਾਈ ਸਾਹਿਬ ਕਹਿੰਦੇ ਕਿ ਇੱਕ ਗਿਰੇ ਹੋਏ ਜੀਵਨ ਵਾਲੀ ਔਰਤ ਸਾਡੇ ਸਮਾਜ ਵਿੱਚ ਇੱਕ ਬਹੁਤ ਗਲਤ ਰਿਵਾਜ ਹੈ, ਆਪਾਂ ਜਾਤਾਂ ਦੇ ਆਧਾਰ ਤੇ ਮਨੁੱਖਾਂ ਨੂੰ ਚੰਗੇ ਤੇ ਮਾੜੇ ਕਹਿੰਦੇ ਆ, ਲੇਕਿਨ ਮਨੁੱਖ ਜਨਮ ਦੇ ਆਧਾਰ ਤੇ ਚੰਗਾ ਮਾੜਾ ਨਹੀਂ, ਮਨੁੱਖ ਕਰਮਾਂ ਦੇ ਆਧਾਰ ਤੇ ਚੰਗਾ ਮਾੜਾ ਹੈ, ਜਨਮ ਕਰਕੇ ਕੋਈ ਚੰਗਾ ਮਾੜਾ ਨਹੀਂ। ਕਰਮ ਕਰਕੇ ਕੋਈ ਮਨੁੱਖ ਚੰਗਾ ਬਣ ਗਿਆ ਤੇ ਕਰਮਾਂ ਕਰਕੇ ਕੋਈ ਮਾੜਾ ਬਣ ਗਿਆ। ਮੈਂ ਇੱਕ ਆਮ ਕਥਾ ਵੀ ਜ਼ਿਕਰ ਕਰਦਾ ਹੁੰਦਾ, ਹੁਣ 30 ਸਾਲ ਤੋਂ ਉਹ ਦੋਹਰਾ ਖਤਮ ਹੋ ਗਿਆ, ਆਮ ਨਹੀਂ ਪੜ੍ਹਦੇ ਪਰ ਪਹਿਲਾਂ ਬੜਾ ਪੜ੍ਹਦੇ ਸਨ, 47 ਤੋਂ ਬਾਅਦ 35-40 ਸਾਲ ਬੜਾ ਚੱਲਿਆ। ਅਰਦਾਸ ਤੋਂ ਬਾਅਦ ਜਿੱਥੇ ਆਪਾਂ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥੇ, ਦੋਹਰੇ ਪੜ੍ਹਦੇ ਆ ਨਾ, ਇੱਕ ਦੋਹਰਾ ਲੋਕੀ ਇਹ ਵੀ ਪੜ੍ਹਦੇ ਸਨ, ਉੱਠ ਕੇ ਸਭਾ ਮਲੇਸ਼ ਕੀ ਕਰ ਕੂੜਾ ਪਸਾਰ, ਇਹ ਲਿਖਤ ਵਿੱਚ ਨਹੀਂ ਪਰ ਪ੍ਰਚਲਿਤ ਬੜਾ ਸੀ। ਡੰਕਾ ਬਾਜੇ ਫਤਿਹ ਕਾ ਨੇ ਕਲੰਕ ਅਵਤਾਰ। ਔਰ ਜੇ ਉਹਨੂੰ ਵਿਚਾਰੀਏ ਨਾ, ਉਹ ਕਿਸੇ ਕੌਮ ਦੇ ਪ੍ਰਤੀ ਨਫ਼ਰਤ ਦਾ ਪ੍ਰਤੀਕ ਸੀ, ਕਿਸੇ ਕੌਮ ਨੂੰ ਮਾੜਾ ਕਿਹਾ ਗਿਆ ਸੀ। ਪਿਆਰਿਓ, ਮਲੇਸ਼ ਕੋਈ ਕੌਮ ਨਹੀਂ, ਅਸੀਂ ਗੁਰੂ ਕਾ ਬਾਣਾ ਪਾ ਕੇ ਸ਼ਰਾਬ ਪੀਣੇ ਅਸੀਂ ਮਲੇਸ਼ ਹਾਂ, ਅਸੀਂ ਗੁਰੂ ਕਾ ਬਾਣਾ ਪਾ ਕੇ ਵਿਭਚਾਰੀ ਅਸੀਂ ਮਲੇਸ਼ ਹਾਂ, ਮਲੇਸ਼ ਕੋਈ ਕੌਮ ਨਹੀਂ, ਮੈੜੀ ਬਿਰਤੀ ਵਾਲਾ ਹੀ ਮਲੇਸ਼ ਹੈ ਜਿਹਦੀ ਬਿਰਤੀ ਮੈੜੀ ਹੈ। ਇਸ ਪ੍ਰਕਾਰ ਭਾਈ ਸਾਹਿਬ ਕਹਿੰਦੇ ਵੀ ਇੱਕ ਉੱਥੇ ਲਿਖਿਆ ਨਾ ਢੱਕ ਲੈ ਚੱਲੀ ਚੂੜੀ ਕਰ ਭੋਗ ਬਲਾਸ, ਇਹ ਮੈਨੂੰ ਤਾਂ ਕਹਿਣਾ ਪਿਆ ਵੀ ਇਹ ਕਿਸੇ ਗੌਤ, ਕਿਸੇ ਬਰਾਦਰੀ, ਕਿਸੇ ਖਾਨਦਾਨ ਲਈ ਨਹੀਂ। ਸਤਿਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਪਾਵਨ ਬਾਣੀ 'ਚ ਉਪਦੇਸ਼ ਦਿੱਤਾ, ਕਬੋਦ ਨੋਮਨੀ ਕਰਾਇਆ ਕੁਸੈਣ, ਪਰ ਨਿੰਦਾ ਕੱਟ ਚੂੜੀ ਮੁੱਠੀ ਕੋਚ ਨਾਲ। ਕਹਿਣ ਤੋਂ ਭਾਵ ਇੱਕ ਵਿਭਚਾਰਨ ਔਰਤ ਸ਼ਰਾਬ ਦੇ ਵਿੱਚ ਕੁੱਤੇ ਦਾ ਮਾਸ ਪਾ ਕੇ ਰਿੰਨ ਕੇ ਲਿਜਾ ਰਹੀ ਸੀ। ਆਪਾਂ ਕੋਈ ਵੀ ਭੋਜਨ ਵਾਲੀ ਚੀਜ਼ ਹੋਵੇ ਨਾ, ਉਹਦੇ 'ਤੇ ਕੱਪੜਾ ਪਾਉਂਦੇ ਆ, ਉਸ ਔਰਤ ਨੇ ਕੀ ਕੀਤਾ ਕਿ ਉਸ ਕੁੱਤੇ
ਕੁੱਤੇ ਦਾ ਮਾਸ ਜੋ ਸ਼ਰਾਬ ਵਿੱਚ ਪਾ ਕੇ ਰਹਿੰਦੇ ਹਾਂ ਅਸੀਂ ਤੇ ਰਹਿੰਦੇ ਹਾਂ ਕਾਹਦੇ ਚ, ਕਿਸੇ ਕੁੱਕਰ ਚ ਨਹੀਂ, ਕਿਸੇ ਪਤੀਲੇ ਚ ਨਹੀਂ, ਧਰਿਆ ਮਾਨਸ ਖੋਪੜੀ ਤੇ ਸੰਬੰਧੀ ਵਾਸ, ਕਿਸੇ ਭਾਂਡੇ ਦੀ ਥਾਂ ਤੇ ਬੰਦੇ ਦੀ ਖੋਪੜੀ ਵਿੱਚ ਸ਼ਰਾਬ ਪਾ ਕੇ ਤੇ ਕੁੱਤੇ ਦਾ ਮਾਸ ਰਹਿੰਦੇ ਹਾਂ, ਮੁੜ ਕੇ ਖੂਨ ਨਾਲ ਕੱਪੜਾ ਭਿਉਂ ਕਰਕੇ ਉਹਨੂੰ ਢੱਕਿਆ, ਖੂਨ ਦਾ ਰੰਗ ਲਾਲ ਹੁੰਦਾ ਹੈ, ਤੇ ਜਦੋਂ ਉਹ ਬੀਬੀ ਲਿਜਾ ਰਹੀ ਸੀ ਨਾ, ਆਮ ਕਰਕੇ ਇਹ ਧਾਰਮਿਕ ਨਹੀਂ ਪਰ ਸਮਾਜ ਕਰਵਾਇਤ ਹੈ, ਵਿਆਹ ਸ਼ਾਦੀ ਦੇ ਮੌਕੇ ਜਦੋਂ ਬੀਬੀਆਂ ਭੈਣਾਂ ਭਾਡੀ ਬੰਨਣ ਜਾਂਦੀਆਂ ਨੇ ਉਦੋਂ ਆਮ ਕਰਕੇ ਗੁਲਾਬੀ ਜਾਂ ਲਾਲ ਰੰਗ ਦਾ ਕੱਪੜਾ ਹੁੰਦਾ ਹੈ। ਇਹਦਾ ਕਿਤੇ ਇਹ ਨਾ ਅਰਥ ਕਰਨਾ ਵੀ ਅੱਜ ਭਾਈ ਸਾਹਿਬ ਨੇ ਮੰਜੀ ਸਾਹਿਬ ਤੋਂ ਲਾਲ ਰੰਗ ਦਾ ਪ੍ਰਚਾਰ ਕੀਤਾ ਹੈ। ਮੈਂ ਨਾਲ ਹੀ ਕਲੈਰੀਫਿਕੇਸ਼ਨ ਦਿੱਤੀ ਵੀ ਸਮਾਜਿਕ ਰਸਮ ਹੈ, ਧਾਰਮਿਕ ਨਹੀਂ, ਸਮਾਜਿਕ। ਉਹ ਜਦੋਂ ਬੀਬੀ ਢੱਕ ਕੇ ਲਿਜਾ ਰਹੀ ਸੀ ਤੇ ਕਿਸੇ ਬੰਦੇ ਨੇ ਆਖਿਆ ਵੀ ਬੀਬਾ ਧੀਏ ਰਾਣੀਆਂ ਸੁਣਿਆ ਤਾਂ ਹੈ ਨਹੀਂ ਤੇ ਇਹ ਭਾਜੀ ਕਾਹਦੀ ਹੈ, ਉਹ ਕਹਿਣ ਲੱਗੀ ਭਰਾਵਾ ਕੀ ਦੱਸਾਂ, ਮੈਂ ਬੰਦੇ ਦੀ ਖੋਪੜੀ ਵਿੱਚ ਸ਼ਰਾਬ ਦੇ ਨਾਲ ਕੁੱਤੇ ਦਾ ਮਾਸ ਰਿਹਾ ਤੇ ਨਾਲ ਮੈਂ ਖੂਨ ਨਾਲ ਕੱਪੜਾ ਭਿਉਂ ਕੇ ਢੱਕ ਕੇ ਚੱਲੀ ਹਾਂ, ਕਿਉਂ ਨਦਰ ਪਵੇ ਅਕਿਰਤ ਕਣ ਮਤ ਹੋਏ ਵਿਨਾਸ, ਪਰ ਕਿਤੇ ਇਹ ਚੀਜ਼ ਤੇ ਅਕਿਰਤ ਕਣ ਦੀ ਨਿਗਾਹ ਨਾ ਪੈ ਜੇ ਤੇ ਚੀਜ਼ ਖਰਾਬ ਨਾ ਹੋ ਜਾਏ, ਜਦਕਿ ਉਹ ਸਾਰੀਆਂ ਬੁਰਿਆਈਆਂ ਨੇ। ਕਹਿਣ ਤੋਂ ਭਾਵ ਕੇ ਸਾਰੀਆਂ ਬੁਰਿਆਈਆਂ ਦਾ ਮੂਲ ਹੈ ਅਕਿਰਤ ਕਣਤਾ। ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਉਹ ਪਿਆਰਿਆ, ਉਸ ਗੱਲ ਨੂੰ ਚੇਤੇ ਕਰ ਜਦੋਂ ਮਾਂ ਦੇ ਗਰਭੀ ਤੂੰ ਪੁੱਠਾ ਲਮਕਦਾ ਸੈ, ਉਦੋਂ ਪਰਮਾਤਮਾ ਨੂੰ ਚੇਤੇ ਕਰਦਾ ਸੈ, ਉਸ ਗੱਲ ਨੂੰ ਵਿਸਤਾਰ ਦੇ ਸਹਿ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਮਝਾਇਆ, ਸਰਵਣ ਕਰੀਏ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਰਹਿਮਤਾਂ ਕਰਨ ਤੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਚੰਤ ਜੀ ਰਚਨਾ, ਰਚੰਤੋਂ ਭਾਵ ਹੈ ਘੜਨਾ, ਬਣਤਰ, ਕੰਸਟਰਕਸ਼ਨ। ਜਿਹੜਾ ਇਹ ਜੀਵ ਹੈ ਇਹਦੀ ਘਾੜਤ ਘੜੀ ਗਈ ਕਿਸ ਤਰ੍ਹਾਂ, ਮਾਤ ਗਰਭ ਅਸਥਾਪਨ, ਜਦੋਂ ਭਾਈ ਮਾਂ ਦੇ ਗਰਭ ਦੇ ਵਿੱਚ ਤੈਨੂੰ ਟਿਕਾਇਆ ਗਿਆ ਅਥਵਾ ਤੂੰ ਟਿਕਿਆ, ਸਾਸ ਸਾਸ ਸਿਮਰੰਤ ਨਾਨਕ, ਉਹ ਗੱਲ ਚੇਤੇ ਕਰ ਜਦੋਂ ਮਾਂ ਦੇ ਉਧਰ ਵਿੱਚ ਸਵਾਸ ਸਵਾਸ ਉਸ ਵਾਹਿਗੁਰੂ ਨੂੰ ਚੇਤੇ ਕਰਦਾ ਸਾਂ, ਮਹਾ ਅਗਨ ਨਾ ਬਿਨਾਸਨ, ਔਰ ਉਹ ਸਿਮਰਨ ਦੀ ਬਦੌਲਤ ਉਸ ਪਰਮਾਤਮਾ ਦਾ ਚਿੰਤਨ ਕਰਨ ਕਰਕੇ, ਜਦੋਂ ਅਸੀਂ ਅਗਨੀਆਂ ਦਾ ਵੇਰਵਾ ਪੜ੍ਹਦੇ ਹਾਂ ਨਾ ਤੇ ਸਾਨੂੰ ਚਾਰ ਪੰਜ ਤਰ੍ਹਾਂ ਦੀ ਅਗਨੀ ਪੜ੍ਹਾਈ ਗਈ ਹੈ, ਇੱਕ ਬੜਵਾ ਨਾਲ ਅੱਗ, ਇਸੇ ਪ੍ਰਕਾਰ ਜਿਹੜੀ ਸਮੁੰਦਰ ਵਿੱਚ ਪਾਣੀ ਨੂੰ ਸੁਕਾਉਂਦੀ, ਕਿੰਨਾ ਪਾਣੀ ਪੈਂਦਾ ਪਰ ਪਾਣੀ ਤਾਂ ਉਛੜਦਾ ਨਹੀਂ, ਕਹਿੰਦੇ ਨੇ ਜੋ ਲਿਖਿਆ ਧਰਮ ਗ੍ਰੰਥਾਂ 'ਚ, ਕਹਿੰਦੇ ਉਹ ਪਾਣੀ ਉੱਡਦਾ ਤਾਂ ਨਹੀਂ ਵੱਧਦਾ। ਤੇ ਕਿਸੇ ਵਿਦਵਾਨ ਨੇ ਪੁੱਛਿਆ ਜੀ ਪਾਣੀ ਉੱਡਦਾ ਕਿਵੇਂ, ਥੱਲੇ ਕੋ ਅੱਗ ਬਲਦੀ ਹੈ,
ਤੇ ਗੁਰਮੁਖ ਉੱਥੇ ਲਿਖਿਆ ਵੀ ਜਿਵੇਂ ਆਪਾਂ ਅੱਗ ਬਾਲਦਿਆਂ ਚੁੱਲ੍ਹੇ ਦੇ ਥੱਲੇ ਬਾਲਣ, ਇਸੇ ਪ੍ਰਕਾਰ ਉੱਥੇ ਅਕਿਰਤ ਘਣਾਂ ਦੀਆਂ ਖੋਪੜੀਆਂ ਬਾਲਣ, ਉਹਦੇ ਨਾਲ ਉਹ ਪਾਣੀ ਉਬਲਦਾ ਅਕੋਰਡਿੰਗ ਟੂ ਧਰਮ ਗ੍ਰੰਥ। ਇੱਕ ਸਮੁੰਦਰ ਵਿੱਚ ਅੱਗ, ਇੱਕ ਜੰਗਲ ਵਿੱਚ ਲੱਕੜ ਨਾਲ ਲੱਕੜ ਖਹਿੰਦੀ ਤੇ ਆਪਾਂ ਵੇਖਦੇ ਵੀ ਜੰਗਲਾਂ ਨੂੰ ਅੱਗ ਲੱਗ ਜਾਂਦੀ, ਇੱਕ ਉਹ ਅੱਗ, ਇੱਕ ਆਪਾਂ ਪ੍ਰਤੱਖ ਅੱਗ ਵੇਖਦੇ ਹਾਂ। ਜਿਹੜੀ ਅੱਗ ਦਾ ਇੱਥੇ ਜ਼ਿਕਰ ਕੀਤਾ ਉਹਨੂੰ ਕਹਿੰਦੇ ਨੇ ਜਠਰਾਗਨ ਅਗਨੀ। ਆਪਾਂ ਜੋ ਵੀ ਪ੍ਰਸ਼ਾਦਾ ਪਾਣੀ ਛਕਦੇ ਹਾਂ ਉਹ ਜਠਰਾਗਨ ਅਗਨੀ ਦੇ ਨਾਲ ਉਹ ਸਾਰੇ ਦਾ ਸਾਰਾ ਪ੍ਰਸ਼ਾਦਾ ਪਾਣੀ ਹਜ਼ਮ ਹੁੰਦਾ। ਉਸ ਜਠਰਾਗਨ ਅਗਨੀ ਵੱਲ ਇਸ਼ਾਰਾ ਵੀ ਗੁਰਦੇਵ ਕਹਿੰਦੇ ਜਦੋਂ ਤੂੰ ਮਾਂ ਦੇ ਗਰਭ ਚ ਸਾਨਾ ਤੇ ਵੇਖ ਜਿਹੜੀ ਤੇਰੇ ਮਾਤਾ ਦੇ ਸਰੀਰ ਦੇ ਅੰਦਰ ਜਠਰਾਗਨ ਅਗਨੀ ਸੀ ਉਹ ਪਰਮਾਤਮਾ ਦੇ ਸਿਮਰਨ ਕਰਕੇ ਤੇਰਾ ਨਾਸ ਨਾ ਕਰ ਸਕੀ, ਤੇਰਾ ਬਚਾਅ ਹੋ ਗਿਆ। ਮੁਖ ਤਲੈ ਪੈਰ ਉਪਰੇ, ਇਹ ਗੱਲ ਚੇਤੇ ਕਰ ਵੀ ਜਦੋਂ ਤੂੰ ਮਾਂ ਦੇ ਗਰਭ ਚ ਸਾਨਾ ਉਦੋਂ ਤੇਰਾ ਮੂੰਹ ਥੱਲੇ ਵਾਲੇ ਪਾਸੇ ਵੱਲ ਸੀ, ਜਿਹੜੇ ਪੈਰ ਸਨ ਉਹ ਉਲਟੇ ਉੱਪਰ ਨੂੰ ਸਨ। ਵਸੰਦੋ ਕੋਹਥੜਾ ਥਾਏ, ਕੋਥੜੇ ਦਾ ਅਰਥ ਕੀਤਾ ਆਪਾਂ ਇਹਨੂੰ ਆਮ ਬੋਲੀ ਚ ਆਪਾਂ ਕਹਿੰਦੇ ਫਲਾਨਾ ਬੜਾ ਕੋਥੜਾ, ਗੰਦੇ ਨੂੰ ਕੋਥੜਾ ਕਹਿੰਦੇ ਹਨ। ਜਿਹੜਾ ਬਾਬਾ ਸੁਥਰਾ ਜੀ ਹੋਏ ਨੇ ਨਾ, ਇਹਨਾਂ ਦਾ ਜਨਮ ਬਾਰਾਂਮੂਲੇ ਦੇ ਇਲਾਕੇ ਚ ਹੋਇਆ ਤੇ ਇਹਦੇ ਜੰਮਦੇ ਦੇ ਦੋ ਦੰਦ ਉਭਰੇ ਸਨ, ਬਾਹਰ ਵਾਲੇ ਪਾਸੇ ਨੂੰ ਡਮਕਦੇ ਸਨ, ਭਾਵ ਇਹਦੇ ਜੰਮਦੇ ਦੇ ਦੰਦ ਸਨ। ਨੱਕ ਵਿੰਗਾ ਟੇਢਾ, ਰੰਗ ਕਾਲਾ, ਬੜਾ ਬਦਸ਼ਕਲ ਤੇ ਮਾਪਿਆਂ ਨੇ ਇਹਨੂੰ ਬਾਹਰ ਸੁੱਟ ਦਿੱਤਾ। ਜਦੋਂ ਕਿਸਮਤ ਚੰਗੀ ਹੋਵੇ ਤਾਂ ਢੋ ਢੁੱਕ ਜਾਂਦਾ ਹੈ। ਬਾਬੇ ਸੁਥਰੇ ਦੇ ਜੀਵਨ 'ਚ ਲਿਖਿਆ ਵੀ ਜਦੋਂ ਉਹਦੇ ਮਾਪਿਓ ਨੂੰ ਸੁੱਟ ਗਏ ਨਾ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉਸ ਇਲਾਕੇ 'ਚ ਗਏ ਨੇ ਤੇ ਕਹਿੰਦੇ ਗੁਰਮੁਖੋ ਆਵਾਜ਼ ਆਉਂਦੀ ਕਿਸੇ ਬੱਚੇ ਦੀ ਰੋਣ ਦੀ, ਨਿਗਾਹ ਮਾਰੋ। ਸਿੱਖਾਂ ਨੇ ਸੱਜੇ ਖੱਬੇ ਵੇਖਿਆ ਤੇ ਝਾੜੀਆਂ ਵਿੱਚ ਕੱਪੜਿਆਂ 'ਚ ਲਪੋਟਿਆ ਇੱਕ ਬੱਚਾ ਹੈ, ਉਹਦੇ ਮੂੰਹ ਤੋਂ ਕੱਪੜਾ ਲਾਇਆ ਤੇ ਵੇਖਿਆ ਬੜਾ ਬਦਸ਼ਕਲ ਹੈ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਸਿੱਖ ਨੇ ਬੇਨਤੀ ਕੀਤੀ, ਪਾਤਸ਼ਾਹ ਬੱਚਾ ਬੜਾ ਕੋਥਰਾ ਹੈ, ਉਹਦੇ ਪੂਰਬਲੇ ਕਰਮ ਜਾਗੇ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਖਾ ਇਹਨੂੰ ਕੋਥਰਾ ਨਾ ਕਹੋ, ਇਹ ਸੁਥਰਾ ਹੈ। ਔਰ ਗੁਰਮੁਖੋ ਦੀ ਸੰਪਰਦਾ ਚੱਲੀ, ਗੁਰੂ ਦੇ ਦਰ ਪ੍ਰਵਾਨ ਹੋ ਕਰਕੇ ਵਿੱਚੋਂ ਸੁਭਾਵਿਕ ਗੱਲ ਆਈ, ਕੋਥੜੇ ਦਾ ਭਾਵ ਹੁੰਦਾ ਕੋਥਰਾ, ਗੰਦੀ ਜਗ੍ਹਾ। ਮੇਰੇ ਪਾਤਸ਼ਾਹ ਕਹਿੰਦੇ ਜੋ ਮਾਂ ਦੇ ਗਰਜ ਪੁੱਠਾ ਲਮਕਦਾ ਸੈਨਾ ਤੇ ਮਾਂ ਦੇ ਅੰਦਰ ਜਿਹੜਾ ਮਲ ਮੂਤਰ ਸੀ ਕਿੰਨੀ ਕੋਥਰੀ ਜਗ੍ਹਾ ਸੀ, ਔਰ ਉਸ ਕੋਥਰੀ ਜਗ੍ਹਾ ਤੇ ਗੰਦੀ ਜਗ੍ਹਾ ਤੇ ਤੈਨੂੰ ਪਰਮਾਤਮਾ ਨੇ ਬਚਾਉਣਾ ਕੀਤਾ। ਨਾਨਕ ਸੋ ਧਨੀ ਕਿਉਂ ਵਿਸਾਰਿਓ, ਧਨੀ ਦਾ ਭਾਵ ਹੈ ਮਾਲਕ, ਜਿਸ ਮਾਲਕ ਨੇ ਮਾਤਾ ਦੇ ਗਰਭ ਵਿੱਚ ਤੈਨੂੰ ਬਚਾ ਲਿਆ
ਤੂੰ ਉਹਨੂੰ ਕਿਉਂ ਭੁੱਲ ਗਿਓ? ਉਧਰ ਹੈ ਜਿਸ ਦਾ ਨਾਏ, ਜਿਹਦੇ ਨਾਮ ਜਪਣ ਕਰਕੇ, ਜਿਹਦੇ ਨਾਮ ਦੇ ਆਸਰੇ ਕਰਕੇ ਤੇਰਾ ਆਧਾਰ ਹੋ ਗਿਆ, ਤੂੰ ਬਚ ਗਿਓ। ਪੌੜੀ ਰਕਤ ਬਿੰਦ ਕਰ ਨਿਮਿਆ, ਸੋ ਬਿੰਦਿਆ ਤੂੰ ਪਾਵ ਅਸਥੇ ਧੋਣਾ, ਮਾਂ ਦਾ ਰਕਤ ਖੂਨ, ਪਿਤਾ ਦੀ ਬਿੰਦ, ਇਹਨਾਂ ਦੋਹਾਂ ਦੇ ਮਿਲਾਪ ਕਰਕੇ ਤੇਰਾ ਸਰੀਰ ਸਥਿਤ ਹੋਇਆ। ਅਗਨ ਉਧਰ ਮਝਾਰ, ਵੇਖ ਲਾ ਮਾਂ ਦੇ ਸਰੀਰ ਦੇ ਵਿੱਚ ਜਿਹੜੀ ਅੱਗ ਸੀ ਨਾ, ਉਹਦੇ ਵਿੱਚ ਤੇਰਾ ਮਝਾਰ ਟਿਕਾਣਾ ਬਣਿਆ। ਉਰਦ ਮੁਖ ਕੁਚੀਲ ਬਿਕਲ, ਔਰ ਉਸ ਗੱਲ ਨੂੰ ਦੁਬਾਰਾ ਰਿਪੀਟ ਕੀਤਾ, ਜਿਹੜਾ ਤੇਰਾ ਮੂੰਹ ਸੀ ਉਹ ਥੱਲੇ ਵਾਲੇ ਪਾਸੇ ਵੱਲ ਸੀ, ਕੁਚੀਲ ਤੇਰੀ ਗੰਦੀ ਅਵਸਥਾ ਸੀ ਜੋ ਕਹੀ ਨਹੀਂ ਜਾ ਸਕਦੇ। ਨਰਕ ਘੋਰ ਗੁਬਾਰ, ਕਹਿੰਦੇ ਬਿਲਕੁਲ ਨਰਕ ਵਾਲੀ ਅਵਸਥਾ ਤੇ ਗਾੜਾ ਹਨੇਰਾ ਜਾਨਣਾ ਕਰ। ਹਰ ਸਿਮਰਤ ਤੂੰ ਨਾ ਜਲਹਾ, ਵੇਖ ਲਾ ਪਰਮਾਤਮਾ ਦੇ ਚਿੰਤਨ ਦੀ ਕਲਾ, ਉਸ ਵਾਹਿਗੁਰੂ ਦੇ ਚਿੰਤਨ ਕਰਕੇ ਸਿਮਰਨ ਕਰਕੇ ਤੈਨੂੰ ਉਹ ਅੱਗ ਸਾੜ ਨਹੀਂ ਸਕੀ। ਮਨ ਤਨ ਉਰ ਧਾਰ, ਕਿਉਂਕਿ ਉਦੋਂ ਤੂੰ ਮਨ ਕਰਕੇ ਤਨ ਕਰਕੇ ਉਸ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨਾ ਕੀਤਾ ਸੀ। ਉਰਦਾ ਅਰਥ ਹੁੰਦਾ ਹਿਰਦਾ, ਧਾਰ ਦਾ ਅਰਥ ਹੈ ਗ੍ਰਹਿਣ ਕਰਨਾ। ਬਿਖਮ ਥਾਨ ਜਿਨ ਰੱਖਿਆ, ਔਰ ਉਸ ਕਠਿਨ ਜਗ੍ਹਾ ਤੋਂ, ਬਿਖਮ ਕਹਿੰਦੇ ਨੇ ਕਠਿਨ ਥਾਨ ਤੋਂ ਭਾਵ ਜਗ੍ਹਾ, ਉਸ ਕਠਿਨ ਥਾਨ ਤੋਂ ਪਰਮਾਤਮਾ ਨੇ ਤੇਰੀ ਰੱਖਿਆ ਕੀਤੀ। ਤਿਸ ਤਿਲ ਨਾ ਵਿਸਾਰ, ਭਲਿਆ ਕਿਸੇ ਨੇ ਮਾੜੀ ਜੀ ਨੇਕੀ ਕੀਤੀ ਤੇ ਆਪਾਂ ਕਹਿੰਦੇ ਵੀ ਗੁਰਮੁਖਾ ਤੂੰ ਮੇਰੇ ਨਾਲ ਨੇਕੀ ਕੀਤੀ, ਮੈਨੂੰ ਕਦੇ ਭੁੱਲੀ ਨਹੀਂ, ਆਪਾਂ ਦੁਨੀਆਂ ਦਾ ਲੋਕ ਉਹਦਾ ਸ਼ੁਕਰਾਨਾ ਕਰਦੇ, ਉਹਦੀ ਨੇਕੀ ਨੂੰ ਚੇਤੇ ਕਰਦੇ ਹਾਂ। ਇਸ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਉਹ ਗੱਲ ਨੂੰ ਚੇਤੇ ਕਰ ਵੀ ਮਾਂ ਦੇ ਸਰੀਰ ਦੇ ਵਿੱਚ ਅੱਗ ਵਾਲੀ ਜਗ੍ਹਾ ਜਿੱਥੇ ਨਿਰਾ ਮਲੀਨਤਾ ਸੀ, ਕਚੀਲਤਾ ਸੀ, ਉਸ ਥਾਂ ਤੇ ਉਹਨੇ ਤੇ ਰੱਖਿਆ ਕੀਤੀ। ਤੇਰਾ ਫਰਜ਼ ਬਣਦਾ ਵੀ ਉਹਨੂੰ ਭੋਰਾ ਜਨਾ ਵੀ ਭੁੱਲਣਾ ਨਾ ਕਰ। ਪ੍ਰਭ ਬੇਸਤ ਸੁਖ ਕਦੇ ਨਾਹੀ, ਇਹ ਗੱਲ ਯਾਦ ਰੱਖੀ, ਵਾਹਿਗੁਰੂ ਨੂੰ ਭੁੱਲਣ ਕਰਕੇ ਜੇ ਤੂੰ ਆਖੇ ਸੁੱਖ ਤੇ ਸੁੱਖ ਨਹੀਂ ਮਿਲਣਾ, ਪਰਮਾਤਮਾ ਦੇ ਨਾਲ ਟੁੱਟਣ ਕਰਕੇ ਸੁਖ ਦੀ ਪ੍ਰਾਪਤੀ ਨਹੀਂ ਹੋਣੀ। ਜਸ ਹੈ ਜਨਮ ਹਾਰ, ਸਭ ਤੋਂ ਵੱਡਾ ਘਾਟਾ ਤੈਨੂੰ ਇਹ ਪੈਣਾ, ਬਾਕੀ ਦੀਆਂ ਚੀਜ਼ਾਂ ਕਿਸੇ ਗੁਰਮੁਖੋਂ ਆਪਣੇ ਘਰ ਵਿੱਚ ਵਾਧਾ ਘਾਟਾ ਹੋ ਜਾਏ ਨਾ ਤੇ ਪੂਰਾ ਹੋ ਜਾਂਦਾ, ਲੇਕਿਨ ਜੇ ਮਨੁੱਖਾ ਜਨਮ ਹਾਰ ਗਿਓ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਇਹ ਘਾਟਾ ਪੂਰਾ ਨਹੀਂ ਹੋਣਾ, ਇਸ ਕਰਕੇ ਇਸ ਮਨੁੱਖਾ ਜਾਮੇ ਨੂੰ ਸੰਭਾਲਣਾ ਕਰ। ਇਹ ਸੀ ਗੁਰਮੁਖੋ ਹੁਕਮਨਾਮੇ ਦੀ ਵਿਚਾਰ। ਹੁਣ ਲੜੀਵਾਰ ਜਿਵੇਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਿਰਪਾ ਕਰਦੇ ਨੇ ਸਰਵਣ ਕਰੀਏ ਜੀ। ਸੋਹੇ ਮਹੱਲਾ ਤੀਜਾ, ਸੋਹੇ ਲੜਾ ਹਰ ਰਾਮ ਨਾਮ, ਗੁਰ ਸ਼ਬਦੀ ਵਿਚਾਰੇ ਰਾਮ। ਆਪਾਂ ਜਿੰਨੇ ਵੀ ਮਨੁੱਖਾਂ ਗੁਰਮੁਖੋ ਭਾਵੇਂ ਕੋਈ ਕਿਸੇ ਧਰਮ ਨਾਲ ਸੰਬੰਧਿਤ ਹੈ, ਸਾਡੇ ਸਾਰਿਆਂ ਦੀ ਲਾਲਸਾ ਵੀ ਸਾਨੂੰ ਆਨੰਦ ਖੁਸ਼ੀਆਂ ਬਣੀਆਂ ਰਹਿਣ। ਸੋਹੜ ਦਾ ਅਰਥ ਹੈ ਆਨੰਦ, ਆਨੰਦ ਨੂੰ ਆਪ ਆਮ ਬੋਲੀ ਚ ਕਹਿੰਦੇ ਖੁਸ਼ੀ ਖੇੜਾ। ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਜੇ ਤੂੰ ਚਾਹੁੰਦਾ ਵੀ ਤੈਨੂੰ ਆਨੰਦ ਬਣਿਆ ਰਹਿ ਤੇ ਇਉਂ ਕਰ, ਸੋਹੜਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰ। ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਹੈ, ਜਿਹੜਾ ਪਰਮਾਤਮਾ ਦੇ ਨਾਮ ਦਾ ਚਿੰਤਨ ਕਰਨਾ ਹੈ,
ਇਹਦੇ ਵਿੱਚ ਆਨੰਦ ਹੀ ਆਨੰਦ ਹੈ। ਹਰ ਬੰਦਾ ਆਪਣੀ ਮਰਜ਼ੀ ਦੇ ਮੁਤਾਬਕ ਆਨੰਦ ਦੀ ਵਿਆਖਿਆ ਕਰਦਾ। ਜਿਹੜਾ ਰਾਗ ਰੰਗ ਦਾ ਸ਼ੌਕੀਨ ਉਹਨੇ ਕਹਿਣਾ ਵੀ ਸਾਰੀ ਰਾਤ ਅਸੀਂ ਭੰਗੜਾ ਪਾਉਂਦੇ ਰਹੇ, ਬੜਾ ਆਨੰਦ ਆਇਆ। ਜਿਹੜਾ ਕੋਈ ਹੋਰ ਕਿਸੇ ਪ੍ਰਕਾਰ ਸ਼ਰਾਬ ਕਬਾਬ ਪੀਣ ਵਾਲਾ ਹੈ ਉਹਨੇ ਕਹਿਣਾ ਵੀ ਸਾਨੂੰ ਉਹਦੇ ਨਾਲ ਬੜਾ ਆਨੰਦ ਆਇਆ। ਵਿਦਵਾਨਾਂ ਨੇ ਇਹਦੀ ਵਿਆਖਿਆ ਕੀਤੀ ਹੈ ਧਰਮ ਗ੍ਰੰਥਾਂ 'ਚ, ਉਹ ਕਹਿੰਦੇ ਵਿਸ਼ਿਆ ਆਨੰਦ ਸੰਸਾਰ ਹੈ, ਭਜਨਾ ਆਨੰਦ ਹਰਿਦਾਸ, ਬ੍ਰਹਮਾਨੰਦ ਜੀਵਨ ਮੁਕਤ, ਪਈ ਵਾਸ਼ਨਾ ਨਾਸ। ਜਿਹੜੇ ਸੰਸਾਰਕ ਜੀਵ ਨੇ ਇਹ ਵਿਸ਼ਿਆਂ ਵਿੱਚ ਆਨੰਦ ਪ੍ਰਤੀਤ ਕਰਦੇ ਹਨ, ਜਿਵੇਂ ਆਪਾਂ ਪੜ੍ਹਦੀ ਅੱਖੀਂ ਦੇਖਣ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਵਨ ਰਜੀਆ ਕਰ ਭੋਗ ਬਲਾਸੇ। ਬੜਾ ਖਾਧਾ ਕਹਿੰਦੇ ਰਾਤ ਬੜਾ ਆਨੰਦ ਆਇਆ, ਕੋਈ ਕਿਸੇ ਦੀ ਚੁਗਲੀ ਕਰਦਾ ਤੇ ਆਪਾਂ ਕੰਨਾਂ ਨਾਲ ਨਿੰਦਿਆ, ਚੁਗਲੀ ਸੁਣ ਕੇ ਬੜੇ ਪ੍ਰਸੰਨ ਹੋਏ, ਫਲਾਨਾ ਫਲਾਨੇ ਨੂੰ ਇਉਂ ਕਹਿੰਦਾ ਸੀ। ਕਿਸੇ ਦੇ ਚਮੜੇ ਵੱਲ ਵੇਖ ਕੇ ਅਸੀਂ ਬਿੜ ਬਿੜ ਤੱਕੀ ਗਏ, ਸਾਨੂੰ ਵੇਖਣ ਵਿੱਚ ਆਨੰਦ। ਪਰ ਮੇਰੇ ਗੁਰਦੇਵ ਕਹਿੰਦੇ ਮਿੱਤਰਾ ਇਹ ਮਨੁੱਖਾ ਜਨਮ ਹਾਰ ਜਾਏਗਾ, ਜਿਹੜੇ ਇਹ ਆਨੰਦ ਨੇ ਸੀਮਤ ਨੇ। ਜੇ ਤੂੰ ਅਨੰਤ ਆਨੰਦ ਦੀ ਪ੍ਰਾਪਤੀ ਕਰਨੀ ਹੈ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਦੀ ਵਡਿਆਈ ਕਰ ਔਰ ਉਹਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰਨਾ ਕਰ, ਟਿਕਾਉਣਾ ਕਰ। ਹਰ ਮਨ ਤਨੋ ਗੁਰਮੁਖ ਭੀਜਾ, ਨਾਲ ਵਿਸ਼ੇਸ਼ ਕਰਕੇ ਗੁਰਮੁਖ ਬਣ ਕੇ ਜਦੋਂ ਨਾਮ ਨਾਲ ਤੂੰ ਭਿੱਜ ਜਾਏਗਾ ਤਾਂ ਰਾਮ ਨਾਮ ਪਿਆਰੇ ਰਾਮ, ਉਦੋਂ ਫਿਰ ਗੁਰਮੁਖਾਂ ਨੂੰ ਗੁਰਮੁਖੋ ਰੱਬ ਦਾ ਨਾਮ ਚੰਗਾ ਲੱਗਦਾ ਨਹੀਂ ਤੇ ਆਪਾਂ ਕਹਿੰਦੇ ਹਾਂ ਜਿਹੜਾ ਤੂੰ ਨਿਤਨੇਮ ਕਰਨਾ ਮੇਰੀ ਨੀਂਦ ਖਰਾਬ ਹੁੰਦੀ, ਪਰਾਂ ਹੋ ਕੇ ਕਰ। ਤੇ ਜਦੋਂ ਸਾਡੇ ਦਿਨ ਚੰਗੇ ਹੋਏ ਨਾ ਤੇ ਕਹਿਣਾ ਗੁਰਮੁਖਾ ਤੂੰ ਨਿਤਨੇਮ ਤਾਂ ਕਰਦਾ, ਮੂੰਹ 'ਚ ਕੀ ਕਰਦਾ, ਉੱਚੀ ਉੱਚੀ ਬੋਲ ਕੇ ਕਰ, ਮੇਰੇ ਕੰਨਾਂ ਵਿੱਚ ਆਵਾਜ਼ ਪੈ ਜਾ। ਉਹ ਜਿਹੜੇ ਗੁਰਮੁਖ ਨੇ ਨਾ ਜਦੋਂ ਪਰਮਾਤਮਾ ਦੇ ਨਾਮ ਵਿੱਚ ਮਨ ਭਿੱਜ ਗਿਆ ਉਹਨਾਂ ਨੂੰ ਰਾਮ ਦਾ ਨਾਮ ਚੰਗਾ ਲੱਗੇਗਾ। ਰਾਮ ਨਾਮ ਪਿਆਰੇ ਸਭ ਕੁਲ ਉਧਾਰੇ, ਇਹਨਾਂ ਨੇ ਰਾਮ ਦੇ ਨਾਮ ਨੂੰ ਪਿਆਰ ਕੀਤਾ, ਉਹਨਾਂ ਨੇ ਕੁਲ ਦਾ ਕਲਿਆਣ ਕਰ ਲਿਆ। ਆਮ ਕਰਕੇ ਅਸੀਂ ਗ੍ਰੰਥਾਂ 'ਚ ਪੜ੍ਹਦੇ ਹਾਂ, ਮੈਂ ਇੱਕ ਪੈਂਗਲ ਪੁਰਾਣ ਪੜ੍ਹਿਆ, ਸਾਡੇ ਆਮ ਹੈ 21 ਕੁਲਾਂ ਦਾ ਕਲਿਆਣ। ਲੇਕਿਨ ਉਸ ਪੈਂਗਲ ਪੁਰਾਣ ਵਿੱਚ ਪੜ੍ਹਿਆ ਵੀ ਜਿਹੜਾ ਗੁਰਮੁਖ ਹੈ ਨਾ ਉਹਦੀਆਂ 101 ਕੁਲਾਂ ਤਰ ਜਾਂਦੀਆਂ ਹਨ। ਉਹਦੇ 'ਚ ਇਹ ਲਿਖਿਆ ਸੀ ਭੈਣ ਦੀਆਂ 11 ਕੁਲਾਂ, ਭੂਆ ਦੀਆਂ ਇਸੇ ਤਰ੍ਹਾਂ 8 ਕੁਲਾਂ, ਸਹੁਰਿਆਂ ਦੀਆਂ ਕੁਲਾਂ ਇਤਿਆਦਿਕ। ਇਹ ਸਾਰਾ ਵੇਰਵਾ ਉਹਨਾਂ ਨੇ 101 ਬਣਾਇਆ ਪੈਂਗਲ ਪੁਰਾਣ, ਮਾਫ ਕਰਨਾ, ਪਨਿਸ਼ਦ ਵਿੱਚ। ਲੇਕਿਨ ਜਿਹੜੀ ਗੁਰਮਤ ਹੈ ਨਾ ਉਹ ਇਹਦੇ ਤੋਂ ਬਹੁਤ ਅੱਗੇ ਹੈ। ਭਾਵੇਂ 21 ਹੋਣ ਤੇ ਭਾਵੇਂ 101 ਹੋਣ, ਗਿਣਤੀ ਤਾਂ ਹੋ ਗਈ ਨਾ, ਮੁੱਕ ਤਾਂ ਗਈਆਂ ਨਾ। ਲੇਕਿਨ ਗੁਰੂ ਬਾਬਾ ਕਹਿੰਦਾ ਕੁਲ ਦਾ ਭਾਵ ਟੋਟਲ, ਇੱਥੇ ਇੱਕੀਆਂ ਕਤੀਆਂ ਦੀ ਗੱਲ ਨਹੀਂ, ਭਾਵ ਜਿੰਨੇ ਵੀ ਗੁਰਮੁਖ ਪਿਆਰੇ ਰਾਮ ਦੇ ਨਾਮ ਨਾਲ ਪਿਆਰ ਕਰਦੇ ਨੇ ਭਾਈ, ਉਹ ਕੁੱਲ ਦੇ ਕੁੱਲ ਟੋਟਲ ਦੇ ਟੋਟਲ ਉਹਨਾਂ ਦੀ ਕਲਿਆਣ ਹੋ ਗਈ। ਰਾਮ ਨਾਮ ਮੁਖ ਬਾਣੀ, ਜਿਨ੍ਹਾਂ ਦੇ ਭਾਈ ਮੁਖ ਦੇ ਵਿੱਚ ਰਮੇ ਹੋਏ ਪ੍ਰਮਾਤਮਾ ਦਾ ਨਾਮ ਹੈ,
ਜਿਹੜੇ ਆਪਣੀ ਰਸਨਾ ਦੇ ਦੁਆਰਾ ਨਵੇਂ ਹੋਏ ਪ੍ਰਮਾਤਮਾ ਦਾ ਨਾਮ ਜਪਦੇ ਨੇ, ਕੀ ਫਾਇਦਾ ਹੋਏਗਾ? ਆਵਣ ਜਾਣ ਰਹੇ ਸੁਖ ਪਾਇਆ, ਜਿਹੜਾ ਆਉਣ ਜਾਣ ਦਾ ਗੇੜਾ, ਜਿਹਨੂੰ ਕਹਿੰਦੇ ਟ੍ਰਾਂਸਮਾਈਗ੍ਰੇਸ਼ਨ ਆਫ ਸੋਲ, ਜਿਹੜਾ ਆਉਣ ਜਾਣ ਦਾ ਗੇੜਾ ਇਹ ਮੁੱਕ ਗਿਆ, ਪਰਮ ਸੁਖ ਦੀ ਪ੍ਰਾਪਤੀ ਹੋਈ ਤੇ ਨਿਸ਼ਾਨੀ ਕੀ ਹੈ? ਕਰ ਅਨਹਦ ਸੁਰਤ ਸਮਾਣੀ, ਅਨਹਦ ਤੋਂ ਭਾਵ ਹੁੰਦਾ ਕੰਟੀਨਿਊਸਲੀ ਲਗਾਤਾਰ। ਇਹਦਾ ਗੁਰਬਾਣੀ ਵਿੱਚ ਵੇਰਵਾ ਵੀ ਆਉਂਦਾ, ਗੁਰਮੁਖ ਰੋਮ ਰੋਮ ਹਰ ਧਿਆਵੈ, ਤਰਤ ਆਕਾਸ ਪਤਾਲ ਹੈ ਮੇਰੀ ਜਿੰਦੜੀ, ਇਹ ਸਭ ਹਰ ਹਰ ਨਾਮ ਧਿਆਵੇਂ ਰਾਮ। ਉਹਨਾਂ ਨੂੰ ਧਰਤੀ ਦੇ ਵਿੱਚੋਂ ਵੀ ਵਾਹਿਗੁਰੂ ਸ਼ਬਦ ਸੁਣਦਾ, ਉਹਨਾਂ ਨੂੰ ਦਰਖਤਾਂ ਨਾਲ ਕੰਨ ਲਾਇਆ ਵੀ ਪਰਮਾਤਮਾ ਦਾ ਨਾਮ ਸੁਣਦਾ। ਉਹ ਜਿਹੜੇ ਗੁਰਮੁਖ ਨੇ ਨਾ, ਜਿਨ੍ਹਾਂ ਰਾਮ ਦੇ ਨਾਮ ਨਾਲ ਪਿਆਰ ਕੀਤਾ, ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਗੁਰਮੁਖਾ ਆਉਣ ਜਾਣ ਦਾ ਗੇੜਾ ਮੁੱਕ ਗਿਆ, ਪਰਮ ਸੁਖ ਦੀ ਪ੍ਰਾਪਤੀ ਹੋ ਗਈ। ਤੇ ਜਿਹੜੀ ਉਹਨਾਂ ਦੀ ਸੁਰਤੀ ਹੈ ਨਾ, ਉਹਦੇ ਚ ਕੰਟੀਨਿਊਸਲੀ ਲਗਾਤਾਰ ਪਰਮਾਤਮਾ ਦੇ ਨਾਮ ਦਾ ਚਿੰਤਨ ਚੱਲਦਾ ਹੈ। ਹਰ ਹਰ ਏਕੋ ਪਾਇਆ ਹਰ ਪ੍ਰਭ, ਜਿਹੜਾ ਭਾਈ ਇੱਕ ਪਰਮਾਤਮਾ ਨਾ ਹਰ ਥਾਂ ਤੇ ਵਿਆਪਕ ਉਹਨਾਂ ਨੂੰ ਪ੍ਰਾਪਤ ਕਰ ਲਿਆ। ਇਹ ਬੜੀ ਕੀਮਤੀ ਗੱਲ, ਬੜੀ ਡੀਪ। ਆਪਾਂ ਆਮ ਕਰਕੇ ਗੁਰਸਿੱਖ ਆਪਾਂ ਕਹਿੰਦੇ ਵਾਹਿਗੁਰੂ ਦੇ ਨਾਮ ਨਾਲ ਕਲਿਆਣ ਹੋਵੇਗੀ, ਜਿਹੜੇ ਹਿੰਦੂ ਭਰਾ ਨੇ ਉਹ ਕਹਿੰਦੇ ਨੇ ਵੀ ਗਾਇਤਰੀ ਮੰਤਰ ਨਾਲ, ਜਿਹੜੇ ਮੁਸਲਮਾਨ ਵੀਰ ਨੇ ਉਹ ਕਹਿੰਦੇ ਵੀ ਕਲਮੇ ਨਾਲ ਕਲਿਆਣ ਹੋਵੇਗੀ। ਲੇਕਿਨ ਕਿਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਰਚਨਾ ਪੜ੍ਹੋ, ਅਕਾਲ ਉਸਤ ਮੇਰੇ ਪਾਤਸ਼ਾਹ ਕਹਿੰਦੇ ਰੱਬਾ ਮੈਂ ਤੇਰੀ ਕਿਹੜੀ ਵਡਿਆਈ ਕਰਾਂ, ਗਾਇਤਰੀ ਮੰਤਰ ਵੀ ਤੂੰ ਹੀ ਪੜ੍ਹਦਾ, ਕੁਰਾਨ ਵੀ ਤੂੰ ਪੜ੍ਹਦਾ, ਤੂੰ ਸਾਰਿਆਂ ਦੇ ਵਿੱਚ ਹੈ। ਜਿਹੜੀ ਸਾਡੀ ਤੰਗ ਦਿਲੀ ਹੈ ਨਾ, ਇਹ ਗੁਰਮਤਿ ਤੰਗ ਦਿਲੀ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਨਾ ਪਰਿਪੂਰਨ ਪਰਮਾਤਮਾ ਨਾਲ ਭਾਈ, ਜਿਨ੍ਹਾਂ ਦੀ ਇਹ ਅਵਸਥਾ ਬਣ ਗਈ, ਜਿਨ੍ਹਾਂ ਦੇ ਅੰਦਰ ਲਗਾਤਾਰ ਪਰਮਾਤਮਾ ਦਾ ਚਿੰਤਨ ਚੱਲਦਾ, ਉਹਨਾਂ ਨੇ ਹਰ ਥਾਂ ਤੇ ਵਿਆਪਕ ਇੱਕ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਕਹਿਣ ਤੋਂ ਭਾਵ ਉਹਨਾਂ ਦੇ ਅੰਦਰ ਨਫ਼ਰਤ ਨਹੀਂ ਰਹਿੰਦੀ। ਨਾਨਕ ਕਿਰਪਾ ਧਾਰੇ, ਨਾਲ ਹੀ ਸਤਿਗੁਰੂ ਪਾਤਸ਼ਾਹ ਨੇ ਸੁਚੇਤ ਕੀਤਾ ਸਿੱਖਾ, ਇਹ ਰੱਖੀ ਵੀ ਸ਼ਾਇਦ ਮੈਂ ਮਿਹਨਤ ਨਾਲ ਕੰਮ ਕਰ ਲਾਂ ਨਾ, ਜਦੋਂ ਉਹ ਵਾਹਿਗੁਰੂ ਕਿਰਪਾ ਕਰੇ ਤਾਂ ਇਹ ਅਵਸਥਾ ਬਣਦੀ ਹੈ। ਸੋਹਿ ਲੜਾ ਹਰ ਰਾਮ ਨਾਮ, ਪਰਮਾਤਮਾ ਦੇ ਨਾਮ ਦੇ ਵਿੱਚ ਹੀ ਆਨੰਦ ਹੈ। ਗੁਰ ਸ਼ਬਦੀ ਵਿਚਾਰੇ, ਪਿਆਰਿਆ ਗੁਰੂ ਦੇ ਸ਼ਬਦੀ ਵਿਚਾਰ ਕਰਿਆ ਕਰ। ਹਮਨੇ ਵੀ ਪ੍ਰਾਭਿਆ ਤੇ ਊਚਾ, ਜਦੋਂ ਮੈਂ ਗੁਰਮੁਖੋ ਮੰਜੀ ਸਾਹਿਬ ਲੰਘਣ ਲੱਗਾ ਆਇਆ ਤੇ ਗੁਰੂ ਕੇ ਰਾਗੀ ਸਿੰਘ ਪੰਕਤੀਆਂ ਪੜ੍ਹੇ ਸਨ, ਮੰਦਾ ਕਿਸੇ ਨਾਲ ਆਖ ਝਗੜਾ ਪਾਵੜਾ, ਬਾਣੀ ਦਾ ਆਪਾਂ ਰੋਜ਼ ਸੁਣਦੇ ਹਾਂ, ਪਰ ਕਿਸੇ ਮੌਕੇ ਮਨ ਨੂੰ ਟੁੰਬ ਜਾਂਦੀ ਜਦੋਂ ਉਹਨਾਂ ਗੁਰਮੁਖਾਂ ਦੀ ਇਹ ਸ਼ਬਦ ਦੀ ਆਵਾਜ਼ ਮੇਰੇ ਕੰਨਾਂ 'ਚ ਪਈ ਨਾ, ਤੇ ਯਕੀਨ ਕਰਿਆ ਜੇ ਗੁਰਮੁਖੋਂ ਮੇਰਾ ਸਰੀਰ ਹਿੱਲ ਗਿਆ, ਤੇ ਆਪਾਂ ਤਾਂ ਕਿਸੇ ਨੂੰ ਚੰਗਾ ਕਹਿੰਦੇ ਨਹੀਂ। ਬਾਬਾ ਕਹਿੰਦਾ ਕਿਸੇ ਨੂੰ ਮੰਦਾ ਹੀ ਨਾ ਆਖ, ਤੇ ਆਪਾਂ ਕਹਿੰਦੇ ਇਕੱਲਾ ਮੈਂ ਹੀ ਚੰਗਾ, ਬਾਕੀ ਸਾਰੇ ਬਾੜੇ ਹਨ। ਉਹ ਗੱਲ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਸ਼ਬਦੀ ਵਿਚਾਰ ਕਰ। ਕੀ ਵਿਚਾਰ ਕਰ? ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੈ, ਇਹ ਸਾਰਾ ਕੁਝ ਤੇਰੇ ਆਪਣੇ ਅੰਦਰ ਹੀ ਹੈ, ਬਾਹਰ ਭਾਲਣ ਦੀ ਲੋੜ ਨਹੀਂ। ਕਿਉਂ ਕਰ ਮਿਲਿਆ ਜਾਏ ਰਾਮ, ਕਿਸ ਢੰਗ ਦੇ ਨਾਲ ਉਸ ਪਰਮਾਤਮਾ ਨੂੰ ਮਿਲਿਆ ਜਾਵੇਗਾ? ਹਮ ਨੀਵੀ ਪ੍ਰਭ ਅਤ ਉੱਚਾ,
ਆਪਾਂ ਤਾਂ ਕਹਿੰਦੇ ਸਾਰਿਆਂ ਚੋਂ ਮੈਂ ਹੀ ਚੰਗਾ, ਬਾਕੀ ਤਾਂ ਵਾਧੂ ਘਾਟੂ ਨੇ। ਲੇਕਿਨ ਗੁਰਮਤ ਕਹਿੰਦੀ ਹੈ ਹਮ ਨੀਵੀਂ ਪ੍ਰਭ ਅਤ ਉੱਚਾ, ਹਮ ਕਿਉਂ ਕਿਹਾ, ਹਮ ਬਹੁ ਵਚਨ ਹੈ। ਮੈਂ ਨਿੰਦਿਆ ਵੀ ਕਰਦਾ, ਮੈਂ ਚੁਗਲ ਵੀ ਹਾਂ, ਮੈਂ ਅਕਿਰਤ ਘਣ ਵੀ ਹਾਂ, ਠੱਗ ਵੀ ਹਾਂ, ਇਹ ਸਾਰੇ ਦੇ ਸਾਰੇ ਮੇਰੇ ਚ ਔਗੁਣ ਨੇ ਹਮ, ਇਸ ਕਰਕੇ ਬਹੁ ਵਚਨ। ਮਨ ਹੈਰਾਨ ਹੋ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਵਾਰ ਵਿੱਚ 20 ਔਗੁਣਾਂ ਦਾ ਜ਼ਿਕਰ ਕੀਤਾ ਹੈ। ਉਹ ਕਹਿੰਦੇ ਮੇਰੇ ਚ 20 ਔਗੁਣ ਨੇ। ਹਉ ਅਪਰਾਧੀ ਗੁਨਾਹਗਾਰ ਹਉ, ਬੇਮੁਖ ਮੰਦਾ, ਚੋਰ ਯਾਰ ਜਵਾਰ ਹਉ, ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਰਾਮ ਖੋ, ਠੱਗ ਦੇਸ਼ ਦਿਖਾਂਦਾ। ਇਹ ਸਾਰੀਆਂ ਗੱਲਾਂ ਕਹਿੰਦੇ ਭਾਈ ਸਾਹਿਬ ਕਹਿੰਦੇ ਕਿ ਨਿੰਦਿਆ ਮੈਂ ਕਰਦਾ, ਮੈਂ ਬੜਾ ਕੁਝ ਲਿਖਿਆ, ਮੇਰੀ ਆਗਿਆ ਨਹੀਂ ਚਾਹੁੰਦੀ, ਮਨ ਨਹੀਂ ਚਾਹੁੰਦਾ ਕਿ ਮੈਂ ਉਹਨੂੰ ਵਿਸਤਾਰ ਨਾਲ ਕਹਾਂ। ਇੰਨੇ ਉੱਚੇ ਜੀਵਨ ਵਾਲੇ ਭਾਈ ਗੁਰਦਾਸ ਕਹਿੰਦੇ ਮੇਰੇ ਵਿੱਚ 20 ਔਗਣ ਨੇ, ਤੇ ਆਪਣੇ ਪੱਲੇ ਕੱਖ ਨਹੀਂ, ਤੇ ਆਪਾਂ ਦੂਜਿਆਂ ਤੇ ਐਲੀਗੇਸ਼ਨ ਲਾਈ ਜਾਂਦੇ ਹਾਂ। ਇੱਥੇ ਸਤਿਗੁਰੂ ਪਾਤਸ਼ਾਹ ਨੇ ਜਿਵੇਂ ਫਾਰਮ ਭਰਦਾ ਨਾ ਆਪਾਂ, ਤੇ ਬੰਦਾ ਪਾਸ ਹੋ ਜਾਂਦਾ ਉਸ ਢੰਗ ਨਾਲ, ਮੇਰੇ ਗੁਰਦੇਵ ਕਹਿੰਦੇ ਆਹ ਸੂਲ ਨੂੰ ਧਾਰਨ ਕਰ, ਹਮ ਨੀਵੀ ਪ੍ਰਭ ਆਹ ਤੂਚਾ, ਮੈਂ ਨੀਵਾਂ, ਵਾਹਿਗੁਰੂ ਸਾਰਿਆਂ ਤੋਂ ਉੱਚਾ ਹੈ। ਕਿਉਂ ਕਰ ਮਿਲਿਆ ਜਾਏ ਰਾਮ, ਇਸ ਢੰਗ ਨਾਲ ਬਲਾਪ ਹੋਵੇਗਾ। ਜਦੋਂ ਬੱਚਾ ਨੀਵਾਂ ਹੁੰਦਾ ਨਾ, ਤੇ ਬਜ਼ੁਰਗ ਖਲੋਤੇ ਹੁੰਦੇ ਨੇ, ਤੇ ਬੱਚਾ ਤਾਂ ਹੱਥ ਕਰਦਾ ਤੇ ਉਹ ਬਜ਼ੁਰਗ ਉਹਨੂੰ ਫੜ ਲੈਂਦਾ। ਅਸੀਂ ਆ ਨੀਵੇਂ, ਅਸੀਂ ਆਪਣੀ ਬਿਰਤੀ ਦੀ ਬਾਂਹ ਜਦੋਂ ਉੱਪਰ ਕਰਾਂਗੇ ਨਾ, ਉਹ ਪਰਿਪੂਰਨ ਪ੍ਰਮਾਤਮਾ ਸਾਨੂੰ ਗ੍ਰਹਿਣ ਕਰ ਲਵੇਗਾ। ਗੁਰ ਮੇਲੀ ਬਹੁ ਕਿਰਪਾ ਧਾਰੀ, ਗੁਰਮੁਖਾ ਗੁਰੂ ਨੇ ਕੀਤੀ ਕਿਰਪਾ, ਇਹਦੇ ਨਾਲ ਬਹੁਤਿਆਂ ਦਾ ਮਿਲਾਪ ਹੋ ਗਿਆ। ਜਦੋਂ ਬਹੁਤੀ ਕਿਰਪਾ ਕਰੇ ਤੇ ਮਿਲਾਪ ਹੋ ਜਾਂਦਾ ਗੁਰੂ ਦੇ ਰਸਤੇ। ਹਰ ਕਾ ਸ਼ਬਦ ਸੁਭਾਏ ਰਾਮ, ਉਹਦਾ ਤਕਨੀਕ ਢੰਗ ਤਰੀਕਾ ਕੀ ਹੈ, ਜਦੋਂ ਗੁਰੂ ਦਾ ਸ਼ਬਦ ਸਾਨੂੰ ਚੰਗਾ ਲੱਗੇ, ਜਦੋਂ ਗੁਰੂ ਕੀ ਬਾਣੀ ਸਾਨੂੰ ਮਿੱਠੀ ਲੱਗੇ, ਤਾਂ ਇਹ ਕਿਰਪਾ ਹੋਵੇਗੀ। ਮਿਲ ਸ਼ਬਦ ਸੁਭਾਏ ਆਪ ਗਵਾਏ, ਗੁਰਮੁਖਾ ਸੁਤੇ ਸਿਧ ਆਪਣੀ ਮੈਂ ਨੂੰ ਗਵਾ ਕੇ ਤੇ ਗੁਰੂ ਦੇ ਸ਼ਬਦ ਨਾਲ ਜੁੜਨਾ ਕਰ। ਰੰਗ ਸਿਉ ਰਲੀਆ ਮਾਣੇ, ਔਰ ਉਹ ਗੁਰਮੁਖ ਅਭੇਤਾ ਦਾ ਆਨੰਦ ਮਾਣਦੇ ਨੇ, ਭਾਵ ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੇ ਪਛਾਣੀ, ਇਹ ਅਵਸਥਾ ਬਣ ਜਾਂਦੀ ਹੈ। ਸੇਜ ਸੁਖਾਲੀ ਜਾ ਪ੍ਰਭ ਪਾਇਆ, ਸੇਜ ਸੁਖਾਲੀ ਤੋਂ ਭਾਵ ਇਹ ਅੰਤਸ਼ਕਾਰ ਰੂਪੀ ਸੇਜਾ ਦੇ ਉੱਪਰ ਉਹ ਪਰਮਾਤਮਾ ਅਸਥਿਤ ਹੋ ਗਿਆ। ਆਪਣੇ ਘਰ ਪ੍ਰਾਹੁਣਾ ਆਉਂਦਾ ਤੇ ਆਪਾਂ ਉਹਨੂੰ ਬਿਸਤਰਾ ਵਿਛਾ ਕੇ ਦੇਣੇ ਆ ਨਾ, ਇਸੇ ਪ੍ਰਕਾਰ ਗੁਰਮਤਿ ਵਿੱਚ ਗੁਰਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਵੀ ਗੁਰਮੁਖਾ ਆਪਣੇ ਅੰਤਸ਼ਕਰਨ ਦਾ ਬਿਸਤਰਾ ਵਿਛਾ, ਇਹ ਸ਼ੇਰ ਵਿਛਾ, ਸੇ ਸੁਖਾਲੀ ਜਾਮ ਪ੍ਰਭ ਭਾਇਆ। ਜਦੋਂ ਵਾਹਿਗੁਰੂ ਨੂੰ ਭਾ ਗਿਆ ਤੇ ਉਹ ਸਾਡੇ ਅੰਤਸ਼ਕਰਨ ਵਿੱਚ ਆ ਕੇ ਸਥਿਤ ਹੋ ਜਾਏਗਾ, ਪ੍ਰਗਟ ਹੋ ਜਾਏਗਾ। ਹਰ ਹਰ ਨਾਮ ਸਮਾਣੇ, ਜਦੋਂ ਤੂੰ ਦੁੱਖਾਂ ਦੇ ਹਾਰਕ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ ਨਾਲ ਭੇਦ ਹੋ ਗਏ ਨਾ, ਉਹ ਪਰਿਪੂਰਨ ਪਰਮਾਤਮਾ ਤੇਰੇ ਵਿੱਚੋਂ ਹੀ ਪ੍ਰਗਟ ਹੋਵੇਗਾ। ਨਾਨਕ ਸੁਹਾਗਨ ਸਾਵੜ ਭਾਗੀ, ਜੀਵ ਰੂਪ ਇਸਤਰੀ ਵੱਡੇ ਭਾਗਾਂ ਵਾਲੀ ਹੈ, ਉਹ ਸੁਹਾਗਣ ਹੈ। ਜੇ ਚੱਲੇ ਸਤਿਗੁਰ ਭਾਈ, ਭਾਈ ਗੁਰੂ ਦੀ ਰਜਾ ਵਿੱਚ ਚੱਲੇ ਤੇ ਜੋ ਉਹਦੀ ਭਾਵਨਾ ਵਿੱਚ ਚੱਲੇ ਤੇ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਇੱਕ ਸਾਖੀ ਲਿਖੀ ਹੈ,
ਕੇ ਦਿਓ। ਕਪੂਰ ਨਾਮ ਦੇ ਸਿੱਖ ਨੇ ਗੁਰੂ ਪੰਚਮ ਪਾਤਸ਼ਾਹ ਨੂੰ ਆਖਿਆ ਵੀ ਪਾਤਸ਼ਾਹ ਕੋਈ ਇਹੋ ਜਿਹਾ ਸਿੱਖ ਵੀ ਜਿਹੜਾ ਤੇਰੀ ਤੁਹਾਡੀ ਦੀ ਜਾਤ ਨਾਲ ਤੁਹਾਨੂੰ ਬੜਾ ਪਿਆਰਾ ਲੱਗਦਾ ਹੈ। ਉਸ ਪੋਥੀ ਦਾ ਨਾਮ ਜੇ ਸਿੱਖਾਂ ਦੀ ਭਗਤ ਮਾਲਾ ਜੇ ਕਿਸੇ ਗੁਰਮੁਖ ਨੇ ਪੜ੍ਹਨਾ ਹੋਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਸ਼ਿਵਾਜਪੁਰ ਪਿੰਡ ਹੈ ਉਹਦੇ ਚਲਾ ਜਾ, ਉੱਥੇ ਇੱਕ ਸੰਮਣ ਨਾਮ ਦਾ ਸਿੱਖ ਰਹਿੰਦਾ, ਅਸੀਂ ਬੜੇ ਪ੍ਰਸੰਨ ਉਹਦੇ ਤੇ। ਇਹ ਮੈਂ ਬੇਨਤੀ ਕੀਤੀ ਹੈ ਸਤਿਗੁਰ ਭਾਏ। ਜਦੋਂ ਉਹ ਕਪੂਰ ਦਿਓ, ਮਾਫ ਕਰਨਾ ਦਿਓ, ਕਪੂਰ ਉੱਥੇ ਪਹੁੰਚਿਆ ਨਾ, ਬੰਦਾ ਬੜਾ ਵੀਰ ਸੀ ਉਹ ਸੰਮਣ, ਬੋਰੀਆਂ ਗੰਢਦਾ ਹੈ, ਘਰ ਚ ਹਲਵਾਈ ਲੱਗੇ ਨੇ, ਕਹਿੰਦੇ ਆ ਜਾਓ ਭਾਈ ਸਾਹਿਬ ਬੈਠੋ। ਉਹ ਦਿਓ ਕਪੂਰ ਦੇ ਮਨ ਵਿੱਚ ਵਿਚਾਰ ਹੈ ਵੀ ਗੁਰੂ ਪਾਤਸ਼ਾਹ ਕਹਿੰਦਾ ਸੀ ਬੜੇ ਚੜ੍ਹਦੀ ਕਲਾ ਵਾਲਾ ਗੁਰਸਿੱਖ, ਇਹ ਤਾਂ ਬੜਾ ਕੰਜੂਸ ਹੈ, ਬੋਰੀਆਂ ਗੰਢੀ ਜਾਂਦਾ, ਗੱਲ ਤੋਰੀ। ਤੇ ਭਾਈ ਸੰਮਣ ਕਹਿਣ ਲੱਗਾ ਗੁਰੂ ਪਾਤਸ਼ਾਹ ਨੇ ਵੇਖੂ ਆਪਣੇ ਸਿੱਖਾਂ ਦਾ ਕਿੰਨਾ ਖਿਆਲ ਕਰਦੇ ਨੇ, ਸਿੱਖ ਭੇਜਿਆ, ਬੜੀ ਕਿਰਪਾ ਕੀਤੀ ਜੇ ਆਏ ਜੇ, ਕੱਲ ਆਪਣੇ ਬੇਟੇ ਦਾ ਵਿਆਹ ਹੈ ਤੁਸੀਂ ਸ਼ਾਮਿਲ ਹੋ ਕੇ ਅਰਦਾਸ ਕਰਿਆ ਜੇ, ਵਿਆਹ ਹੋਇਆ, ਵਾਪਸ ਆ ਕੇ ਡੋਲੀ ਲੈ ਕੇ ਲਿਖਿਆ ਉਸੇ ਦਿਨ ਡਾਕਾ ਪਿਆ ਤੇ ਉਹ ਡਾਕੂਆਂ ਨੂੰ ਪੈਰਵਾਈ ਕਰਦੇ ਮਗਰ ਲੋਕੀ ਗਏ ਨਾ, ਤੇ ਭਾਈ ਸੰਮਣ ਦਾ ਬੇਟਾ ਗੋਲੀ ਲੱਗਣ ਨਾਲ ਮਰ ਗਿਆ। ਮੈਂ ਨਾਲ ਸਪਸ਼ਟੀਕਰਨ ਦੇ ਰਿਹਾ ਕਿਉਂਕਿ ਸਾਖੀ ਬਹੁਤੀ ਪ੍ਰਚਲਿਤ ਨਹੀਂ, ਇਹ ਸਿੱਖਾਂ ਦੀ ਭਗਤ ਮਾਲਾ ਵਿੱਚ ਅੰਕਿਤ ਹੈ। ਉਹ ਸਿੱਖ ਰੋਇਆ ਨਹੀਂ, ਜਿਹੜਾ ਕੱਪੜਾ ਕੱਲ ਜੋੜਦਾ ਸੀ ਉਹਨੂੰ ਥੱਲੇ ਵਿਛਾਇਆ। ਤੇ ਦਿਓ ਕਪੂਰ ਨੇ ਆਖਿਆ ਵੀ ਭਾਈ ਸਾਹਿਬ ਇੱਕ ਮੈਂ ਸਵਾਲ ਕਰਾਂ, ਕਹਿੰਦੇ ਹੁਕਮ ਕਰੋ। ਕਹਿੰਦੇ ਤੁਹਾਨੂੰ ਪਤਾ ਸੀ ਤੁਹਾਡੇ ਪੁੱਤ ਨੇ ਮਰ ਜਾਣਾ? ਕਹਿੰਦੇ ਪਤਾ ਸੀ, ਤੁਸੀਂ ਗੁਰੂ ਕੋਲ ਇਹਦੀ ਉਮਰ ਕਿਉਂ ਨਾ ਮੰਗ ਲਈ? ਕਹਿਣ ਲੱਗਾ ਮਿੱਤਰਾ ਕਿਉਂ ਮੇਰੇ ਮਨ ਨੂੰ ਦਿਖਾਉਣਾ ਹੈ, ਗੁਰੂ ਕੋਲ ਝੂਠੀਆਂ ਚੀਜ਼ਾਂ ਨਹੀਂ ਮੰਗੀ ਦੀਆਂ। ਜੇ ਚਾਰ ਦਿਨ ਵੱਧ ਵੀ ਲੈ ਲੈਂਦਾ ਨਾ, ਆਖਰ ਤਾਂ ਮਰਨਾ ਸੀ, ਜਿਹੜੀ ਚੀਜ਼ ਸਦੀਵੀ ਤੌਰ ਤੇ ਰਹਿਣੀ ਨਹੀਂ ਉਹ ਮੈਂ ਮੰਗਾ ਕਿਉਂ? ਇਹ ਮੈਂ ਸਾਖੀ ਸੁਣਾ ਦਿੱਤੀ ਹੈ, ਤੁਸਾਂ ਸੁਣ ਲਈ, ਪਰ ਗੁਰਮੁਖੋ ਪ੍ਰੈਕਟੀਕਲ ਤੌਰ ਤੇ ਕਰਨਾ ਬੜਾ ਔਖਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਵੱਡੇ ਭਾਗਾਂ ਵਾਲੇ ਨੇ ਜਿਹੜੇ ਸਤਿਗੁਰੂ ਨੂੰ ਭਾ ਗਏ, ਜਿਹੜੇ ਗੁਰੂ ਦੀ ਰਜਾ ਵਿੱਚ ਚੱਲਦੇ ਹਨ। ਹਮ ਨੀਵੀ ਪ੍ਰਭਿਆ ਤੇ ਉੱਚਾ, ਅਸੀਂ ਨੀਵਿਆਂ ਤੇ ਵਾਹਿਗੁਰੂ ਸਾਰਿਆਂ ਤੋਂ ਉੱਚਾ ਹੈ। ਕਿਉ ਕਰ ਮਿਲਿਆ ਜਾਏ ਰਾਮ, ਆਪਾਂ ਮਿਲ ਸਕਦੇ ਹਾਂ, ਘਾਟ ਕਟੇ ਸਭਨਾ ਵਿੱਚ ਏਕੋ, ਪਰਿਪੂਰਨ ਪਰਮਾਤਮਾ ਹਰ ਇੱਕ ਵਿੱਚ ਬਰਾਬਰ ਵਿਆਪਕ ਹੈ। ਏਕੋ ਰਾਮ ਪਧਾਰੋ, ਰਾਮ ਤੋਂ ਭਾਵ ਹੈ ਪਤੀ, ਉਹ ਇੱਕ ਸਾਰਿਆਂ ਦਾ ਪਤੀ ਤੇ ਆਪਾਂ ਸਾਰੇ ਉਹਦੀਆਂ ਜੀਵ ਰੂਪੀ ਇਸਤਰੀਆਂ ਹਾਂ। ਇੱਕ ਨਾ ਪ੍ਰਭ ਦੂਰ ਵਸਾ, ਜਿਹੜੇ ਭਾਈ ਮਨਮੁਖ ਨੇ ਉਹਨਾਂ ਨੂੰ ਪਰਮਾਤਮਾ ਦੂਰ ਪ੍ਰਤੀਤ ਹੁੰਦਾ ਹੈ। ਇੱਕ ਨਾ ਮਨ ਆਧਾਰੋ ਰਾਮ, ਜਿਹੜੇ ਗੁਰਮੁਖ ਨੇ ਉਹਨਾਂ ਨੂੰ ਪਰਮਾਤਮਾ ਅੰਗ ਸੰਗ ਪ੍ਰਤੀਤ ਹੁੰਦਾ, ਉਹ ਉਹਨੂੰ ਆਸਰਾ ਕਰਕੇ ਮੰਨਦੇ ਹਨ। ਇੱਕ ਨਾ ਮਨ ਆਧਾਰੋ ਸਿਰਜਨ ਹਾਰੋ, ਜਿਹੜੀ ਸਾਰੀ ਸ੍ਰਿਸ਼ਟੀ ਦੀ ਘਾਟ ਘੜਨ ਵਾਲਾ ਹੈ, ਇੱਕ ਉਹ ਗੁਰਮੁਖ ਨੇ ਜਿਹਨਾਂ ਨੂੰ ਉਹਦਾ ਆਸਰਾ ਹੈ। ਵਡਭਾਗੀ ਗੁਰ ਪਾਇਆ, ਇਹ ਵੱਡੇ ਭਾਗਾਂ ਵਾਲਿਆਂ ਨੂੰ ਇਹ ਤਕਨੀਕ, ਇਹ ਢੰਗ ਤਰੀਕਾ ਮਿਲਿਆ। ਘਾਟ ਘਾਟ ਹਰ ਪ੍ਰਭ ਏਕੋ ਸਵਾਮੀ, ਉਹ ਭਾਈ ਹੈ ਤਾਂ ਸਾਰਿਆਂ ਦਾ ਮਾਲਕ ਤੇ ਸਾਰਿਆਂ ਵਿੱਚ ਵਿਆਪਕ, ਇੱਕੋ ਪਰਮਾਤਮਾ ਜਾਣਨਾ ਕਰੀਏ। ਗੁਰਮੁਖ ਅਲੱਖ ਲਿਖਾਇਆ, ਇਹ ਗੁਰੂ ਦੇ ਚਰਨਾਂ ਵਿੱਚ ਜਾਵੇਗਾ ਤੇ ਗੁਰੂ ਇਹ ਅਲੱਖ ਨੂੰ ਲਿਖਾ ਦੇਗਾ, ਜਿਹੜੀ ਗੱਲ ਨਹੀਂ ਨਾ ਜਾਣੀ ਜਾ ਸਕਦੀ।
ਉਹ ਗੁਰੂ ਜਣਾ ਸਕਦਾ ਸਮਰੱਥਾ ਰੱਖਦਾ ਹੈ। ਸਹਿਜੇ ਆਨੰਦ ਹੋਆ ਮਨ ਮੰਨਿਆ, ਇਹਨਾਂ ਜਾਣ ਲਿਆ ਭਈ ਉਹਨਾਂ ਦਾ ਮਨ ਅਡੋਲ ਹੋ ਗਿਆ ਤੇ ਮਨ ਮੰਨ ਗਿਆ ਪਰਮਾਤਮਾ ਦੀ ਹੋਂਦ ਨੂੰ। ਨਾਨਕ ਬ੍ਰਹਮ ਵਿਚਾਰੂ, ਅੱਠੇ ਪਰ ਉਸ ਪਰਮਾਤਮਾ ਦੀ ਚਰਚਾ ਕਰਦੇ ਹਨ। ਘਾਟ ਘਟੇ ਸਭਨਾ ਵਿੱਚ ਏਕੋ, ਸਾਰਿਆਂ ਹਿਰਦਿਆਂ ਵਿੱਚ ਉਹ ਪਰਿਪੂਰਨ ਪਰਮਾਤਮਾ ਇੱਕ ਵਸਦਾ ਹੈ। ਏਕੋ ਰਾਮ ਪਧਾਰੋ ਰਾਮ, ਸਾਰਿਆਂ ਦਾ ਮਾਲਕ ਹੈ ਭਾਈ। ਗੁਰ ਸੇਵਨ ਸਤਿਗੁਰ ਦਾਤਾ, ਜਿਹੜੇ ਗੁਰੂ ਕੇ ਸਿੱਖ ਨੇ ਉਹ ਸੱਚੇ ਗੁਰੂ ਦੀ ਸੇਵਾ ਕਰਦੇ ਨੇ, ਕਿਉਂਕਿ ਉਹੋ ਹੀ ਦਾਤਾਂ ਨੂੰ ਦੇਣ ਵਾਲਾ ਹੈ। ਹਰ ਹਰ ਨਾਮ ਸਮਾਇਆ ਰਾਮ, ਪ੍ਰਕਾਰੋ ਗੁਰਮੁਖ ਪਿਆਰੇ, ਵਾਹਿਗੁਰੂ ਵਾਹਿਗੁਰੂ ਕਹਿ ਕੇ ਰਾਮ ਰਾਮ ਕਹਿ ਕੇ ਉਸ ਪਰਮਾਤਮਾ ਵਿੱਚ ਲੀਨ ਹੋ ਗਏ। ਹਰ ਦਾ ਅਰਥ ਹੈ ਦੁੱਖਾਂ ਦਾ ਹਰਕ, ਹਰ ਥਾਂ ਤੇ ਵਿਆਪਕ। ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ, ਮੇਰੇ ਪਰਮਾਤਮਾ ਮੇਰੇ ਤੇ ਕਿਰਪਾ ਕਰ, ਮੈਨੂੰ ਗੁਰੂ ਦਰਬਾਰ ਦੀ ਅਥਵਾ ਗੁਰੂ ਦੀ ਚਰਨ ਧੂੜੀ ਬਖਸ਼ੋ ਜੀ। ਹਮ ਪਾਪੀ ਮੁਕਤ ਕਰਾਇਆ ਰਾਮ, ਤਾਂ ਕਿ ਉਸ ਗੁਰੂ ਦੀ ਚਰਨ ਧੂੜੀ ਦੀ ਬਦੌਲਤ ਮੇਰੇ ਵਰਗੇ ਪਾਪੀ ਮੁਕਤ ਹੋ ਜਾਣ, ਪਕੜ ਤੋਂ ਰਹਿਤ ਹੋ ਜਾਣ। ਪਾਪੀ ਮੁਕਤ ਕਰਾਏ ਆਪ ਗਵਾਏ, ਇਹ ਭਾਈ ਕੌਣ ਮੁਕਤ ਹੋਏ ਨੇ, ਜਿਨ੍ਹਾਂ ਤੇ ਗੁਰੂ ਨੇ ਕੀਤੀ ਰਹਿਮਤ ਤੇ ਜਿਨ੍ਹਾਂ ਨੇ ਆਪਣਾ ਆਪਾ ਗਵਾ ਦਿੱਤਾ, ਆਪਣੀ ਹੋਂਦ ਨੂੰ ਖਤਮ ਕਰ ਦਿੱਤਾ। ਆਪਾਂ ਨੂੰ ਤਾਂ ਗੁਰਮੁਖ ਹੋਂਦ ਇੰਨੀ ਚੰਬੜੀ ਹੈ, ਮਨ ਬੜਾ ਹੈਰਾਨ ਹੁੰਦਾ ਹੈ। ਗੁਰੂ ਕੇ ਗੁਰਪੁਰਬ ਦੀ ਸੰਗਤਾਂ ਨੂੰ ਵਧਾਈ ਤੇ ਫੋਟੋ ਆਪਣੀ, ਇਸ ਗੱਲ ਦੀ ਅਜੇ ਤੱਕ ਮੈਨੂੰ ਸਮਝ ਨਹੀਂ ਜੀ ਆਈ। ਅਵਤਾਰ ਤਾਂ ਗੁਰੂ ਨਾਨਕ ਪਾਤਸ਼ਾਹ, ਤੇ ਤੂੰ ਵਿੱਚੋਂ ਕਿੱਥੇ ਆਣ ਟੱਪਿਓ? ਇਨਡਾਇਰੈਕਟ ਦੇ ਬਹਾਨੇ ਦੇ ਨਾਲ ਅਸੀਂ ਗੁਰੂ ਪੁਰਬ ਦੇ ਬਹਾਨੇ ਦੇ ਮੁਤਾਬਕ ਆਪਣੀ ਇਸ਼ਤਿਹਾਰਬਾਜ਼ੀ ਕਰਦੇ, ਜਦਕਿ ਅਸੀਂ ਹੈ ਕੱਖ ਵੀ ਨਹੀਂ। ਇਹ ਤਾਂ ਢੇਰੀ ਥੀ ਸੀ, ਆਪਣਾ ਸਰੀਰ ਇੱਕ ਮਿੱਟੀ ਦੀ ਮੁੱਠ ਹੈ। ਅਗਰ ਆਪਾਂ ਇਹ ਸਮਝ ਲਈਏ ਤੇ ਗੁਰਮੁਖ ਪਿਆਰੋ ਇਹ ਆਪਣੀ ਮੈਂ ਨਾ ਕਰੀਏ। ਮੇਰੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਤੇ ਕੀਤੀਆਂ ਕਿਰਪਾ, ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰੋਂ ਜਿਹੜੀ ਮੈਂ ਹੈ, ਹਰ ਧੂੜ ਦੇਵ ਮੈਂ ਪੂਰੇ ਗੁਰ, ਪਾਪੀ ਮੁਕਤ ਕਰਾਏ ਆਪ ਗਵਾਏ। ਜਿਨ੍ਹਾਂ ਨੇ ਆਪਣੀ ਮੈਂ ਨੂੰ ਗਵਾ ਲਿਆ, ਜਿਨ੍ਹਾਂ ਨੇ ਆਪਣੀ ਹੋਂਦ ਨੂੰ ਖਤਮ ਕਰ ਲਿਆ, ਉਹਨਾਂ ਨੂੰ ਗੁਰੂ ਪਾਤਸ਼ਾਹ ਨੇ ਮੁਕਤ ਕਰ ਦਿੱਤਾ। ਹੋਂਦ ਨੂੰ ਕਿਵੇਂ ਖਤਮ ਕੀਤਾ? ਇੱਕ ਜੱਟਾਂ ਦਾ ਮੁੰਡਾ, ਨਾਈਆਂ ਦਾ, ਖੱਤਰੀਆਂ ਦਾ, ਛੇਂਬਿਆਂ ਤੇ ਮਹਿਰਿਆਂ ਦਾ, ਮੇਰੇ ਗੁਰਦੇਵ ਨੇ ਪੰਜਾਂ ਨੂੰ ਇਹ ਕਰਕੇ ਆਖਿਆ, ਮੇਰੇ ਪੰਜ ਪਿਆਰੇ। ਇਹ ਨਹੀਂ ਆਖਿਆ ਵੀ ਜੱਟ ਵੱਡਾ ਜਾਂ ਖੱਤਰੀ ਵੱਡਾ, ਨਾ, ਪੰਜੇ ਦੇ ਪੰਜੇ ਪਿਆਰੇ। ਅੱਜ ਅਸੀਂ ਵਿਆਹ ਸ਼ਾਦੀ ਦੇ ਮੌਕੇ ਤੇ ਮੈਟ੍ਰੀਮੋਨੀਅਲ ਦੇਣੇ ਆ ਤੇ ਕਹਿੰਦੇ ਜੱਟ ਸਿੱਖ ਲੜਕੇ ਲਈ ਲੜਕੀ ਦੀ ਲੋੜ ਹੈ, ਨਾਈ ਸਿੱਖ ਲੜਕੇ ਲੜਕੀ ਲਈ ਲੋੜ ਹੈ, ਸਿੱਖ ਬਾਅਦ ਵਿੱਚ ਤੇ ਜਾਤ ਪਹਿਲਾਂ। ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਤੇ ਪਹਿਲਾਂ ਆਪਣੀ ਜਾਤ ਦੱਸਦੇ ਹਾਂ, ਜਦਕਿ ਗੁਰੂ ਪਾਤਸ਼ਾਹ ਨੇ ਇਹਨੂੰ ਖਤਮ ਕੀਤਾ ਹੈ। ਤੇ ਪਾਤਸ਼ਾਹ ਕਹਿੰਦੇ ਪਾਪੀ ਮੁਕਤ ਕਰਾਏ ਆਪ ਗਵਾਏ, ਨਿਜ ਕਰ ਪਾਇਆ ਵਾਸਾ। ਉਹਨਾਂ ਨੂੰ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋ ਗਈ, ਪਰ ਹੋਵੇਗੀ ਕਿਵੇਂ, ਕੀ ਢੰਗ ਤਰੀਕਾ ਹੈ? ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ, ਵਿਵੇਕ ਬੁੱਧੀ ਤੋਂ ਭਾਵ ਇਹਨੂੰ ਸੰਸਕ੍ਰਿਤ ਕਹਿੰਦੇ ਨੇ ਵਤਰੇਕ, ਅੰਗਰੇਜ਼ੀ ਵਿੱਚ ਕਹਿੰਦੇ ਅਨੈਲਿਸਿਸ, ਨਖੇੜ। ਵਿਪ ਦਾ ਭਾਵ ਹੈ ਦੋ ਤੇ ਏਕ ਦਾ ਭਾਵ ਹੈ ਦੁਚਿੱਤੇ ਪੁਣੇ ਚੋਂ ਕੱਢ ਕੇ ਜਿਹੜੀ ਇੱਕ ਵਾਲੀ ਬੁੱਧੀ ਹੈ ਇਹ ਦੇ ਦਿੱਤੀ ਉਹਨਾਂ ਦੀ ਜੀਵਨ ਰੂਪੀ ਜਿਹੜੀ ਰਾਤ ਹੈ
ਇਹ ਸੁੱਖ ਦੇ ਸਹਿਤ ਬਤੀਤ ਹੋ ਗਏ। ਗੁਰਮਤ ਨਾਮ ਪ੍ਰਗਾਸਾ, ਔਰ ਗੁਰੂ ਦੀ ਮੱਤ ਦੇ ਦੁਆਰਾ ਉਸ ਨਾਮ ਨੇ ਰੋਸ਼ਨੀ ਕਰ ਦਿੱਤੀ। ਅਥਵਾ ਜਿਹੜਾ ਪਰਮਾਤਮਾ ਦਾ ਨਾਮ ਇਹ ਚਾਨਣ ਹੈ, ਪਰਮਾਤਮਾ ਦਾ ਨਾਮ ਚਾਨਣ ਕੀ ਆਪਾਂ ਪੜ੍ਹਦੇ ਹਾਂ ਗੁਰਬਾਣੀ, ਇਸ ਜੱਗ ਮੈਂ ਚਾਨਣ ਕਰਨ ਵਸੇ ਮਰਾਏ। ਗੁਰੂ ਕੀ ਬਾਣੀ ਸਾਨੂੰ ਚਾਨਣ ਦਿੰਦੀ ਹੈ, ਔਰ ਜਿਹੜੇ ਗੁਰਮੁਖ ਨੇ ਉਹਨਾਂ ਨੇ ਵਤਰੇਕ ਬੁੱਧੀ ਦੇ ਨਾਲ ਇਹ ਸੁੱਖ ਦੇ ਸਹਿਤ ਆਪਣੀ ਜੀਵਨ ਰੂਪੀ ਰਾਤ ਨੂੰ ਸਫਲਿਆ ਕਰ ਲਿਆ। ਹਰ ਹਰ ਆਨੰਦ ਭਇਆ ਦਿਨ ਰਾਤੀ, ਜਿੱਥੋਂ ਭਾਈ ਆਰੰਭ ਹੋਇਆ ਸੀ ਨਾ, ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜੇ ਸੁੱਖ ਆਨੰਦ ਦੀ ਪ੍ਰਾਪਤੀ ਚਾਹੁੰਦਾ ਹੈ ਤੈਨੂੰ ਦਿਨੇ ਵੀ ਆਨੰਦ, ਤੈਨੂੰ ਰਾਤ ਵੀ ਆਨੰਦ, ਇਹ ਮਿਲੇਗਾ ਕਿਵੇਂ? ਨਾਨਕ ਹਰ ਮੀਠ ਲਗਾਏ, ਇਹ ਭਾਈ ਪਰਮਾਤਮਾ ਕਿਰਪਾ ਕਰੇ ਤੇ ਸਾਨੂੰ ਵਾਹਿਗੁਰੂ ਦਾ ਨਾਮ ਲੱਗੇ ਨਾ ਚੰਗਾ, ਤੇ ਜ਼ੋਰ ਕਹਿੰਦੇ ਫਿਰ ਆਨੰਦ ਹੀ ਆਨੰਦ ਹੈ, ਫਿਰ ਖੇੜਾ ਹੀ ਖੇੜਾ ਹੈ, ਵਿਕਾਸ ਹੀ ਵਿਕਾਸ ਹੈ। ਗੁਰ ਸੇਵਨ ਸਤਿਗੁਰ ਦਾਤਾ, ਜਿਹੜੇ ਗੁਰੂ ਕੇ ਸਿੱਖ ਨੇ ਭਾਈ ਉਹ ਸੱਚੇ ਪਾਤਸ਼ਾਹ ਮਹਾਰਾਜ ਦੀ ਸੇਵਾ ਕਰਦੇ ਹਨ। ਹਰ ਹਰ ਨਾਮ ਸਮਾਏ, ਪਰਮਾਤਮਾ ਦਾ ਸਿਮਰਨ ਕਰਕੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ, ਉਹ ਪਰਮਾਤਮਾ ਦਾ ਰੂਪ ਹੋ ਗਿਆ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਕਿਤੇ ਸਾਡੀ ਇਹ ਅਵਸਥਾ ਬਣੇ। ਗੁਰੂ ਕਾ ਗੁਰੂ ਕਹਿ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ ਜੀ। ਹਾਂਜੀ, ਹਰ ਹਰ ਆਨੰਦ ਭਇਆ ਦਿਨ ਰਾਤੀ, ਨਾਨਕ ਹਰ ਮੀਠ ਲਗਾਏ, ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।